ਚੱਜਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਪ੍ਰਾਈਮਰੀ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹਰਮਨ ਸਿੰਘ ਜੀ ਨਾਲ ਨੇ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਤੁਸੀਂ ਪੈਂਦੀ ਛੱਟੇ ਹੱਸਣ ਲੱਗ ਪਏ ਮੈਂ ਤਾਂ ਤੁਹਾਨੂੰ ਵੇਖ ਕੇ ਮੁਸਕਰਾਇਆ ਜਿਵੇਂ ਮੈਂ ਨਜ਼ਰ ਤੁਹਾਡੇ ਵੱਲ ਕੀਤੀ ਤੁਹਾਡਾ ਹਾਸਾ ਨਿਕਲ ਗਿਆ ਕੀ ਹੋਇਆ ਕੁਝ ਵੀ ਨਹੀਂ ਕੁਝ ਤਾਂ ਹੋਇਆ ਜਾਮਣੀ ਰੰਗ ਦਾ ਪਾ ਕੇ ਝੱਗਾ ਟੈਣਾ ਸਾਹਿਬ ਤਾਂ ਨਰੰਗਾਂ ਦੀ ਪਛਾਣ ਹੈ ਨਹੀਂ ਨਾਰੰਗਾਂ ਦਾ ਨਾਂ ਲਿਆ ਕਰੋ ਨਹੀਂ ਇਹ ਜਾਮਣੀ ਨਹੀਂ ਇਹ ਜਾਮਣੀ ਕਿੱਥੋਂ ਹੈ ਗੂੜਾ ਨੀਲਾ ਰੰਗ ਹੈ ਇਹ ਇਹ ਤਾਂ ਗੱਲ ਫਿਰ ਖਰਾਬ ਆ ਇਹਦਾ ਮਤਲਬ ਮੈਨੂੰ ਸੱਚੀ ਰੰਗਾਂ ਦੀ ਪਰਖ ਘਟਾ ਬਿਲਕੁਲ ਘਟਣੀ ਬਿਲਕੁਲ ਵੀ ਨਹੀਂ ਆ ਨਹੀਂ ਇਹ ਜਾਮਣੀ ਨਹੀਂ ਕਹਿ ਸਕਦੇ ਨਹੀਂ ਟੈਣਾ ਸਾਹਿਬ ਜਾਮਣ ਦਾ ਰੰਗ ਕਿਹੋ ਜਿਹਾ ਹੁੰਦਾ ਲਗਭਗ ਇਹੋ ਜਿਹਾ ਹੁੰਦਾ ਜੀ ਨਹੀਂ ਸਾਡੇ ਫਿੱਕੀਆਂ ਜੀਆਂ ਹੁੰਦੀਆਂ ਤੁਹਾਡੇ ਜਾਮਣਾ ਚ ਨੁਕਸਾ ਹੈ ਤੁਹਾਨੂੰ ਸਹੀ ਦੱਸਾਂ ਦੁਆਬੇ ਵਾਲੀਆਂ ਜਾਮਣਾ ਇੰਦਾਂ ਦੀਆਂ ਨਹੀਂ ਹੁੰਦੀਆਂ ਅੱਛਾ ਠੀਕਾ ਜੀ ਹੋਰ ਸੁਣਾਓ ਕੀ ਹਾਲ ਹੈ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੇ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜਿੰਦਾਬਾਦ ਆ ਮੌਸਮ ਕਿਵੇਂ ਹੈ ਮੌਸਮ ਵੀ ਠੀਕ ਆ ਆਪਾਂ ਐ ਹੀ ਪ੍ਰੋਗਰਾਮ ਕਾ ਦਿੰਨੇ ਆ ਅੱਜ ਨਹੀਂ ਮਤਲਬ ਕਹਿਣ ਦਾ ਇਹ ਆ ਵੀ ਮੌਸਮ ਠੀਕ ਆ ਜੀ ਮੀਂਹ ਪੈਟਿਆ ਪਾਣੀ ਚਿੱਕੜ ਚੁੱਲਾ ਬਰਕਰਾਰ ਆ ਮੌਸਮ ਵਿਭਾਗ ਕੇ ਨਾ ਮੀਂਹ ਫੇਰ ਪੈ ਸਕਦਾ ਕਿੰਨਾ ਕੂ ਪੈ ਸਕਦਾ ਇਹ ਵਕਤ ਦੱਸੂਗਾ ਜੀ ਪਰ ਜਦੋਂ ਮੈਂ ਦਫ਼ਤਰ ਆ ਰਹੀ ਸੀ ਕਾਲੇ ਬੱਦਲ ਹੂੰ ਪੂਰਾ ਮਤਲਬ ਪੂਰਾ ਮਹਿਸੂਸ ਕਰਾ ਰਹੇ ਸੀ ਵੀ ਇਹ ਖੂਬ ਵਰਸਣਗੇ ਅੱਛਾ ਦਿਲਾਂ ਵਰਗੇ ਕਾਲੇ ਹਾਂ ਹਾਂ ਬਿਲਕੁਲ ਸਹੀ ਗੱਲ ਆ ਜਣਾ ਸਾਹਿਬ ਤੇ ਚਾਹੀਦੇ ਵਿਚਾਰ ਦੀ ਪੇਸ਼ਕਾਰੀ ਹੋ ਜੀ ਦੇਖੋ ਵੀ ਚੱਜਦਾ ਵਿਚਾਰ ਇਹ ਆ ਬਈ ਕਈ ਜਿਹੜੇ ਲੋਕ ਆ ਨਾ ਉਹ ਪਿੰਜਰੇ ਦੇ ਵਿੱਚ ਬੰਦ ਪੰਛੀਆਂ ਵਰਗੇ ਹੁੰਦੇ ਆ ਵਾਹ ਭਾਵੇਂ ਤੁਸੀਂ ਪਿੰਜਰਾ ਖੋਲ੍ਹ ਦਿਓ ਪਰ ਉਹ ਆਜ਼ਾਦ ਹੋਣ ਦੀ ਥਾਂ ਦੇ ਉੱਤੇ ਕਿਸੇ ਖੂंजे ਜਿਹੇ ਦੇ ਵਿੱਚ ਇੰਜ ਕਰਕੇ ਬਹਿ ਜਾਣਗੇ ਲੱਕੇ ਜਿਹਾ ਬਹਿ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਉੱਡਣਾ ਵੀ ਕੋਈ ਸ਼ਬਦ ਹੁੰਦਾ ਹਾਂ ਆਜ਼ਾਦੀ ਵੀ ਕੋਈ ਸ਼ਬਦ ਹੁੰਦਾ ਸ਼ਖਸੀ ਆਜ਼ਾਦੀ ਦਾ ਕੋਈ ਅਰਥ ਹੁੰਦਾ ਤੇ ਵਿਅਕਤੀਗਤ ਤੌਰ ਦੇ ਉੱਤੇ ਉਡਾਰੀਆਂ ਲਾਉਣ ਦਾ ਹੱਕ ਸਾਨੂੰ ਵੀ ਆ। خیال ਉਡਾਰੀਆਂ ਜ਼ਿੰਦਗੀ ਦੇ ਵਿੱਚ ਕੁਝ ਕਰ ਦਿਖਾਉਣ ਦੀ ਚਾਹਨਾ ਇਹ ਸਾਡੀ ਵੀ ਹੁੰਦੀ ਆ। ਮੈਂ ਨਾ ਪਿਛਲੇ ਦਿਨੀ ਇੱਕ ਫੋਟੋ ਦੇਖੀ। ਇੱਕ ਘੋੜਾ ਇੱਕ ਕੁਰਸੀ ਨਾਲ ਬੰਨਿਆ ਹੋਇਆ। ਰਬੜ ਦੀ ਕੁਰਸੀ ਆ ਜਿਹੜੀ ਹੌਲੀ ਜੀ ਹੁੰਦੀ ਆ। ਉਹਦੇ ਨਾਲ ਉਹਦਾ ਪੈਰ ਬੰਨਿਆ ਪਿਆ ਤੇ ਉਹ ਇਸ ਗੱਲ 'ਚ ਖੜਾ ਵੀ ਪਈ ਆਪਣਾ ਤਾਂ ਪੈਰ ਬੰਨਿਆ। ਆਪਾਂ ਨਹੀਂ ਦੌੜ ਸਕਦੇ। ਐ ਮਾਰ ਤੂੰ ਭਜਲਾ। ਹਾਂ। ਠੀਕ ਐ। ਹਾਂ। ਪਰ ਨਹੀਂ ਸੁਭਾ ਦੇ ਵਿੱਚ ਆ ਗਈ ਗੁਲਾਮੀ ਜੀ ਸੁਭਾ ਦੇ ਵਿੱਚ ਆਈ ਹੋਈ ਗੁਲਾਮੀ ਬੰਦੇ ਦੀ ਜ਼ਿੰਦਗੀ ਨੂੰ ਖਤਮ ਕਰ ਦਿੰਦੀ ਹੈ ਹਾਂ ਤੇ ਇਹਦੇ ਤੋਂ ਆਜ਼ਾਦੀ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਤੁਸੀਂ ਵੈਸੇ ਸਰੀਰਕ ਤੌਰ ਦੇ ਉੱਪਰ ਤਾਂ ਆਜ਼ਾਦੀ ਪਾ ਸਕਦੇ ਹੋ ਪਰ ਜੇਕਰ ਤੁਸੀਂ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਹੋ ਜੇਕਰ ਸੋਚ ਪੱਖੋਂ ਗੁਲਾਮ ਹੋ ਚੁੱਕੇ ਹੋ ਜੇਕਰ ਤੁਸੀਂ ਇਹ ਧਾਰ ਹੀ ਲਿਆ ਵੀ ਨਹੀਂ ਅਸੀਂ ਗੁਲਾਮ ਹਾਂ ਤੇ ਇਸ ਗੁਲਾਮੀ ਤੋਂ ਕਦੇ ਆਜ਼ਾਦੀ ਨਹੀਂ ਮਿਲਦੀ ਹੁੰਦੀ ਸਿਰਫ ਇੱਕ ਹੀ ਰਸਤਾ ਹੁੰਦਾ ਹੈ ਇਥੋਂ ਆਜ਼ਾਦੀ ਪਾਉਣ ਦਾ ਉਹ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਆਨ ਹਾਸਲ ਕਰੋ ਮਿਹਨਤ ਕਰੋ ਕੋਸ਼ਿਸ਼ ਕਰੋ ਤੇ ਤੁਹਾਡੇ ਅੰਦਰ ਸਬਰ ਜਿਹੜਾ ਹੈ ਠੀਕਾ ਹੋਣਾ ਚਾਹੀਦਾ ਪਰ ਇੰਨਾ ਵੀ ਨਾ ਹੋਵੇ ਕਿ ਆਪਾਂ ਸਬਰ ਹੀ ਕਰਕੇ ਬਹਿ ਜਾਈਏ ਕੋਈ ਨੀਸਤਾ ਗੁਲਾਮ ਆ ਬਿਲਕੁਲ ਸਹੀ ਗੱਲ ਜੀ ਤੇ ਆਪਾਂ ਹੁਣ ਮੇਰੇ ਵਾਲੇ ਚਾਹੀਦੇ ਤੇ ਬੀਸਟ ਕਰੀਏ ਟਾਣਾ ਸਾਹਿਬ ਮੈਂ ਪਹਿਲਾਂ ਹੀ ਮਾਫੀ ਚਾਹਨੀ ਆ ਜੇਕਰ ਕਿਸੇ ਨੂੰ ਮੇਂ ਬੁਰਾ ਲੱਗੇ ਤਾਂ ਪਰ ਅੱਜ ਦੇ ਸਮੇਂ ਦੀ ਹਕੀਕਤ ਆ ਕੋਈ ਗੱਲ ਨਹੀਂ ਅੱਜ ਕੱਲ ਨਾ ਕੋਈ ਗਲਤੀ ਕਰਕੇ ਮਾਫੀ ਮੰਗਣ ਦਾ ਰਵਾਜ ਵੀ ਚੱਲਦਾ ਜੀ ਮੈਂ ਵੀ ਮੈਂ ਪਹਿਲਾਂ ਹੀ ਮੰਗ ਲਈ ਗਲਤੀ ਕਰਨ ਤੋਂ ਬਾਅਦ ਚ ਹੀ ਦਹਾਂ ਤੇ ਹੈ ਨਾ ਪਰ ਗੱਲ ਇਹ ਹੈ ਕਿ ਕੁਝ ਲੋਕ ਚੱਪਲ ਵਰਗੇ ਹੁੰਦੇ ਨੇ ਕੁਝ ਲੋਕ ਚੱਪਲ ਵਰਗੇ ਹੁੰਦੇ ਨੇ ਸਾਤ ਤਨ ਬਉਂਦੇ ਨੇ ਪਰ ਪਿੱਛੇ ਚਿੱਕੜ ਵੀ ਸੁੱਟਦੇ ਨੇ ਇਹ ਤਾਂ ਗੱਲ ਸੱਚੀ ਆ ਪਿੱਛੇ ਪੂਰਾ ਨਕਸ਼ਾ ਬਣਿਆ ਹੁੰਦਾ ਜਦੋਂ ਆਉਨੇ ਆ ਨਾ ਮੀਂਹ ਪਿਆ ਹੋਵੇ ਪੜਚਕੂਪੜਚਕੂ ਕਰਦਿਆਂ ਮਗਰੋਂ ਚਪਲਾ ਜਿਹੜੀਆਂ ਪੂਰੀ ਪਿੱਠ ਰੰਗੀ ਪਈ ਹੁੰਦੀ ਆ ਜੀ ਮੇਰੇ ਨਾਲ ਤਾਂ ਬਹੁਤ ਵਾਰੀ ਐਉਂ ਹੋਇਆ ਹਾਂ ਮੈਂ ਦੇਖਿਆ ਆਪਾਂ ਜਦੋਂ ਹੁਣੇ ਜੇ ਪਿੱਛੇ ਜੇ ਸ਼ੂਟ ਦੇ ਲਈ ਗਏ ਸੀ ਤੇ ਉੱਥੇ ਆਪ ਜੀ ਨੇ ਚਪਲਾ ਪਾਈਆਂ ਸੀ ਮੈਂ ਵੇਖਿਆ ਸੀ ਪੜਚਕੂਪੜਚਕੂ ਮੈਂ ਤਾਂ ਪੈਰਾਂ 'ਚ ਪਾਈਆਂ ਕਈਆਂ ਦੇ ਉਦਾਂ ਚਪਲਾ ਪੈਂਦੀਆਂ ਕੀ ਕਰੀਏ ਇਹ ਵੀ ਗੱਲ ਸਹੀ ਹੈ ਪਰ ਸੱਚੀ ਲੋਕ ਇਹੋ ਜਿਹੇ ਹੁੰਦੇ ਨੇ ਟਾਣਾ ਸਾਡੀ ਵੈਸਤਾ ਵਿਖਾਵਾ ਕਰਨਗੇ ਅਸੀਂ ਤੁਹਾਡੇ ਨਾਲ ਆ ਸਾਥ ਵੀ ਚਲੋ ਨਿਭਾ ਦੇਣਗੇ ਪਰ ਜਿਵੇਂ ਤੁਹਾਡੀ ਪਿੱਠ ਘੁੰਮਦੀ ਹੈ ਜਿਵੇਂ ਤੁਸੀਂ ਮੂੰਹ ਦੂਸਰੇ ਵੱੰਨੇ ਕਰਦੇ ਹੋ ਤਿਵੇਂ ਹੀ ਉਹਨਾਂ ਦੇ ਸੁਭਾਅ ਉਹਨਾਂ ਦੇ ਰੰਗ ਹੋ ਰਹੀ ਹੋ ਜਾਂਦੇ ਨੇ ਹੂੰ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਚੱਪਲ ਵਾਲੀ ਗੱਲ ਚੱਪਲ ਵਾਲੀ ਉਦਾਹਰਨ ਸਿਰੇ ਦੀ ਆ ਆਹ ਬਿਲਕੁਲ ਮੇਰਾ ਇੱਕ ਦੋਸਤ ਕਹਿੰਦਾ ਜੁੱਤੀ ਪਵਾ ਦੇ ਮੈਂ ਕਿਹਾ ਜਿਹੋ ਜਿਹੇ ਤੇਰੇ ਲੱਛਣ ਆਪੇ ਪੈ ਜਾਣੀ ਆ ਕੋ ਜੁੱਤੀਆਂ ਬਹੁਤ ਸਿਰ ਕਹਿ ਚਾਹੀਦਾ ਹੈ। ਮਛਣਾ ਆਪਦੇ ਸਹੀ ਕਰੋ ਪਹਿਲਾਂ ਤਾਂ। ਹੁਣ ਨਾ ਮੈਂ ਇੱਕ ਨਾ ਇੱਕ ਵੀਡੀਓ ਦੇਖੀ ਤੇ ਗੱਲ ਵੀ ਸਹੀ ਆ। ਆਪਾਂ ਜਦੋਂ ਵੱਖ-ਵੱਖ ਇਕੱਠਾਂ ਦੇ ਵਿੱਚ ਜਾਂਦੇ ਆ ਜਾਂ ਕਿਸੇ ਧਾਰਮਿਕ ਥਾਂ ਤੇ ਜਾਂਦੇ ਆ ਤੇ ਬਾਹਰ ਆਉਣੇ ਕਈ ਵਾਰੀ ਜੁੱਤੀ ਚੋਰੀ ਹੋ ਜਾਂਦੀ ਆ। ਹਾਂ ਪਰ ਉਹਦਾ ਹੁਣ ਇੱਕ ਹੱਲ ਇਹ ਆ ਵੀ ਇੱਕ ਜੁੱਤੀ ਆਪਦੀ ਇੱਥੇ ਲਾਓ ਤੇ ਦੂਜੀ ਕਿਤੇ ਹੋਰ ਲਾ ਕੇ ਆਓ। ਹੂੰ ਦੂਰੀ ਤੇ। ਹੂੰ ਕਿਉਂਕਿ ਜਿੰਨਾ ਚਿਰ ਬੰਦੇ ਨੂੰ ਦੋਵੇਂ ਇਕੱਠੀਆਂ ਨਹੀਂ ਮਿਲਣਗੀਆਂ ਜੋੜਾ ਦਾ ਮਿਲੂ ਉਹਨੇ ਚੋਰੀ ਨਹੀਂ ਕਰਨੀ। ਐਨੇ ਚਿਰ ਚ ਤੁਸੀਂ ਅੰਦਰੋਂ ਬਾਹਰ ਆ ਜਾਓਗੇ। ਇੱਕ ਕੱਟ ਦੇ ਵਿੱਚੋਂ ਬਾਹਰ ਆ ਜਾਊਗਾ ਅੱਧੇ ਪੌਣੇ ਘੰਟੇ ਦੇ ਵਿੱਚ ਐਨੇ ਚਿਰ ਚੁੱਤੀ ਲੱਭਣੀ ਨਹੀਂ ਦੂਜੀ ਸਵਾਲ ਪੁੱਛਾਂ ਇੱਕ ਹਾਂਜੀ ਆਪਾਂ ਨੂੰ ਚੇਤੇ ਰਹੂਗਾ ਵੀ ਆ ਮੈਂ ਦੂਜਾ ਪੈਰ ਲਾਇਆ ਕਿੱਥੇ ਸੀ ਦੋ ਮੋਦਲੇ ਵੀ ਤਾਂ ਇੱਕ ਬੰਦਾ ਨਾਮ ਰੱਖਣਾ ਪੈਣਾ ਜਿਹੜਾ ਦਸਤਖਾਤ ਵੀ ਕਹਿਣਾ ਸਾਬ ਇਹ ਕਹਿੰਦੇ ਆ ਦੂਜਾ ਉੱਧਰ ਲੱਗ ਗਿਆ ਮੈਂ ਗਜਨੀ ਆ ਦੱਸੋ ਇਹ ਵੱਖਰੀ ਗੱਲ ਆ ਵੀ ਅਫਗਾਨਿਸਤਾਨ ਦੇ ਵਿੱਚ ਹਾਲਾਤ ਮਾੜੇ ਹੋਣ ਕਰਕੇ ਜੀ ਮੇਵੇ ਮਹਿੰਗੇ ਹੋ ਗਏ ਬਾਦਾਮ ਮਹਿੰਗੇ ਹੋ ਗਏ ਆ ਜੀ ਪਰ ਮੇਰੇ ਫੇਰ ਵੀ ਮਾੜੇ ਮੋٹے ਕਦੇ ਨਾ ਕਦੇ ਘਸਾ ਘਸੂ ਕੇ ਖਾਦੇ ਚੱਪਣ ਤੇ ਆਪਾਂ ਵੀ ਆਪਣੇ ਲੋਕ ਜਿੱਥੇ ਵੀ ਜਾਂਦੇ ਨੇ ਯਾਦਾਂ ਛੱਡ ਕੇ ਆਉਂਦੇ ਨੇ ਟੈਣਾ ਸਾਹਿਬ ਬਿਲਕੁਲ ਛੱਡ ਕੇ ਆਉਂਦੇ ਆ ਚਾਹੇ ਤੁਸੀਂ ਕਿਸੇ ਮਤਲਬ ਰੇਗਿਸਤਾਨ ਚ ਚੱਲ ਜਾਓ ਚਾਹੇ ਕਿਸੇ ਪਹਾੜ ਤੇ ਚੱਲ ਜਾਓ ਚਾਹੇ ਤੁਸੀਂ ਕਿਸੇ ਵੀ ਥਾਂ ਤੇ ਚੱਲ ਜਾਓ ਤੁਹਾਨੂੰ ਜ਼ਰੂਰ ਉੱਥੇ ਕੁਝ ਕਿਹੋ ਜੀਆਂ ਚੀਜ਼ਾਂ ਲੱਭਣਗੀਆਂ ਜਿੱਥੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇੱਥੇ ਸਾਡੇ ਵਾਲੇ ਆਏ ਸੀ ਪਿਛਲੇ ਰੀਨਮ ਮੈਂ ਆਪਣੀ ਮਾਤਾ ਜੀ ਨੂੰ ਦਵਾਈ ਦਿਵਾਉਣ ਗਿਆ ਜੀ ਡੀਐਮਸੀ ਦੇ ਵਿੱਚ ਤੇ ਉੱਥੇ ਕੁਰਸੀ ਤੇ ਲਿਖਿਆ ਪਿਆ ਰਿਤੂ ਲਵ ਯੂ ਮੈਂ ਕਦੇ ਇੱਥੇ ਵੀ ਪੈਰ ਕਰਨ ਆ ਗਿਆ ਵੀ ਇੱਥੇ ਇਲਾਜ ਕਰਾਉਣ ਆਲੇ ਆਉਂਦੇ ਆ ਹਾਂ ਨਹੀਂ ਉਹਨੂੰ ਵੀ ਇਲਾਜ ਦੀ ਹੀ ਲੋੜ ਸੀ ਅਸਰ ਦੇ ਵਿੱਚ ਜਿਹਨੇ ਲਿਖਿਆ ਹੋਊਗਾ ਪਰ ਬਹੁਤ ਜਿਆਦਾ ਆਪਾਂ ਜ਼ਰੂਰ ਛੱਡਦੇ ਆ ਸਕੂਲ ਦੇ ਵਿੱਚ ਜਿਹੜੇ ਬੈਂਚ ਹੁੰਦੇ ਆ ਉਹਨਾਂ ਦੇ ਉੱਤੇ ਕੀ ਕੁਝ ਲਿਖਿਆ ਹੁੰਦਾ ਜਿਹੜੇ ਆ ਸਰਕਾਰੀ ਗੁਸਲਖਾਨੇ ਆ ਅੰਦਰ ਜਾ ਕੇ ਜਦੋਂ ਮੈਂ ਕਈ ਵਾਰੀ ਦੇਖਦਾ ਤੇ ਅੰਦਰ ਜੋ ਉੱਥੇ ਨਾਵਲ ਲਿਖੇ ਪਏ ਹੁੰਦੇ ਆ ਨਾਂ ਲਿਖ ਲਿਖ ਕੇ ਥੱਲੇ ਫੋਨ ਨੰਬਰ ਲਿਖ ਲਿਖ ਕੇ ਜੋ ਗੰਦ ਆਪਦੀ ਕਲਾ ਦੇ ਨਾਲ ਪਾਇਆ ਹੁੰਦਾ ਉਹਨਾਂ ਨੇ ਲੱਖ ਲਾਹਨਤ ਪਾਉਣ ਨੂੰ ਚਿਤ ਕਰਦਾ ਬਿਲਕੁਲ ਸਹੀ ਇੱਕ ਦਿਨ ਤਾਂ ਮੈਂ ਇੱਕ ਲਿਫਟ ਦੇ ਵਿੱਚ ਸਵਾਰ ਹੋਈ ਕਿਤੇ ਜਾ ਰਹੀ ਸੀ ਹੈਨਾ ਮਤਲਬ ਕਿਸ ਤੇ ਲਿਫਟ ਚ ਸਵਾਰ ਹੋਈ ਤੋ ਲਿਫਟ ਦੇ ਦਰਵਾਜ਼ੇ ਤੇ ਅੰਦਰ ਲਿਖਿਆ ਸੀ ਕੈਨੇਡਾ ਜਾਣਾ ਹੂੰ ਤੇ ਆਪਾਂਵੇਂ ਪੁੱਛੋ ਮੰਡੀ ਦਾ ਗਿਆ ਹੋਵੇ ਨਹੀਂ ਟੱਲਦੇ ਅਸੀਂ ਨਹੀਂ ਟੱਲਦੇ ਸਫਾਇਦੇ ਦੇ ਉੱਤੇ ਦਿਲ ਬਣਾਉਣਗੇ ਵਿਚਲੀ ਤੀਰ ਕੱਢ ਦੇਣਗੇ ਵੱਡੇ ਯੋਧੇ ਇਹ ਹਾਂ ਸਭ ਤੋਂ ਵੱਡਾ ਗੱਲ ਇਹ ਹੈ ਕਿ ਤੁਸੀਂ ਹਿਮਾਚਲ ਦੇ ਵਿੱਚ ਖਾਸ ਤੌਰ ਤੇ ਚਲੇ ਜਾਓ ਪਹਾੜੀ ਇਲਾਕੇ ਚਲੇ ਜਾਓ ਬੰਦਾ ਕਈ ਵਾਰ ਸੋਚਦਾ ਨਾ ਵੀ ਪਹਾੜਾਂ ਦੇ ਵਿੱਚ ਘੁੰਮ ਕੇ ਆਉਨੇ ਆ ਤੇ ਤੁਸੀਂ ਜੇ ਕਿਸੇ ਵੀ ਪਹਾੜ ਤੇ ਚੜ੍ਹਾਈ ਕਰਨ ਲੱਗੋ ਤਾਂ ਉੱਥੇ ਤੁਹਾਨੂੰ ਬੋਤਲ ਲੱਭ ਜੂਗੀ ਤੁਹਾਨੂੰ ਉੱਥੇ ਕੁਛ ਨਾ ਕੁਛ ਉਹ ਜਿਆ ਲਿਖਿਆ ਲੱਭ ਜੂਗਾ ਤੁਹਾਨੂੰ ਉੱਥੇ ਲਫਾਫੇ ਲੱਭ ਜਾਣਗੇ ਪਤਾ ਲੱਗ ਜੂਗਾ ਵੀ ਤੁਹਾਡੇ ਤੋਂ ਪਹਿਲਾਂ ਵੀ ਇੱਥੇ ਕੋਈ ਆ ਕੇ ਗਿਆ ਹੈ ਬਿਲਕੁਲ ਜੀ ਤੇ ਕਦੇ ਨਾ ਵੀ ਇੱਕ ਬੰਦੇ ਨੇ ਕਿਤੇ ਕੰਨ ਦੇ ਉੱਤੇ ਲਿਖਿਆ ਪੜਿਆ ਬਈ ਆਪਦੀ ਸਹੇਲੀ ਦੀ ਯਾਦ ਦੇ ਵਿੱਚ ਦਰਖਤ ਦੇ ਉੱਤੇ ਕੁਝ ਲਿਖਣ ਦੀ ਥਾਂ ਤੇ ਉਹਦੀ ਯਾਦ ਦੇ ਵਿੱਚ ਦਰਖਤ ਲ ਇਹਦੇ ਨਾਲ ਬਹੁਤ ਚੰਗੇ ਤੁਹਾਡੇ ਆਲੇ-ਦੁਆਲੇ ਵੀ ਨਖਾਰ ਆਊਗਾ ਬਹੁਤ ਚੰਗਾ ਹੋਊਗਾ ਕਹਿੰਦਾ ਫਿਰ ਬੰਦੇ ਨੇ ਸੋਚਿਆ ਵੀ ਗਿਣਤੀ ਕੀਤੀ ਐਂ ਕਰਕੇ 1 2 3 4 9 10 ਵੀ ਕਹਿੰਦਾ ਫਿਰ ਮੈਂ ਝੋਨਾ ਲਾਉਣਾ ਸ਼ੁਰੂ ਕਰਤਾ ਜੀ ਪਰ ਹੁਣ ਕਹਿੰਦੇ ਕਿ ਹਿਮਾਚਲ ਦੇ ਵਿੱਚ ਖਾਸ ਤੌਰ ਤੇ ਜੇਕਰ ਕੋਈ ਇਦਾਂ ਗੰਦ ਪਾਉਂਦਾ ਹੈ ਜੇਕਰ ਉੱਥੇ ਇਦਾਂ ਆਪਣੀਆਂ ਯਾਦਾਂ ਛੱਡ ਕੇ ਆਉਂਦਾ ਤਾਂ 5000 ਰੁਪਏ ਜੁਰਮਾਨਾ ਲੱਗਦਾ ਬਹੁਤ ਵਧੀਆ ਗੱਲ ਆ ਮੈਨੂੰ ਤਾਂ 25000 ਹੋਣਾ ਚਾਹੀਦਾ ਜੀ ਜਿਹਨੇ ਗੰਦ ਪਾਉਣੋਂ ਹਟਣਾ ਨਹੀਂ ਉਹ ਤਾਂ ਹਟੂਗਾ ਹੀ ਨਹੀਂ ਹੂੰ ਉਹਨੋਂ ਮਾੜੀ ਮੋਟੀ ਅਕਲ ਆਵੇ ਸਾਡੇ ਤਾਂ ਇੱਥੇ ਜਿਹੜੀ ਕੱਲ ਤੇ ਲਿਖਿਆ ਹੁੰਦਾ ਵੀ ਭਾਈ ਇੱਥੇ ਨਹੀਂ ਮੂਤਣਾ ਸਭ ਤੋਂ ਵੱਧ ਉੱਥੇ ਮੂਤਣਗੇ ਜਿੱਥੇ ਲਿਖਿਆ ਹੋਵੇ ਇੱਥੇ ਨਹੀਂ ਥੁੱਕਣਾ ਸਭ ਤੋਂ ਵੱਧ ਉੱਥੇ ਪਚਕਾਰੀਆਂ ਮਾਰਨਗੇ ਜੀ ਸਾਡੀ ਆਦਤ ਆ ਨੋ ਪਾਰਕਿੰਗ ਦੇ ਬੋਰਡ ਦੇ ਅੱਗੇ ਅਸੀਂ ਗੱਡੀ ਪਾਰਕ ਕਰਦੇ ਹਾਂ ਸੋ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਵੀ ਉੱਥੇ ਸੜਕ ਦੇ ਉੱਤੇ ਜਾਂ ਕਿਤੇ ਵੀ ਬਾਜ਼ਾਰ ਦੇ ਵਿੱਚ ਥੁੱਕੂਗਾ ਤੇ ਥੁੱਕਦਾ ਫੜਿਆ ਗਿਆ ਜਿਹੜਾ ਵੀ ਬੰਦਾ ਉਥੇ ਕੋਈ ਪਿਸ਼ਾਬ ਕਰਦਾ ਫੜਿਆ ਗਿਆ ਜਿਹੜਾ ਵੀ ਬੰਦਾ ਕਚਰਾ ਸੁੱਟਦਾ ਫੜਿਆ ਗਿਆ ਜਿਹੜਾ ਬੰਦਾ ਪਾਣੀ ਵਾਲੀਆਂ ਖਾਲੀ ਬੋਤਲਾਂ ਸੁੱਟਦਾ ਫੜਿਆ ਗਿਆ ਉਹਨੂੰ 5000 ਰੁਪਏ ਤੱਕ ਦਾ ਜੁਰਮਾਨਾ ਮੌਕੇ ਦੇ ਉੱਤੇ ਅਦਾ ਕਰਨਾ ਪਊਗਾ ਤੇ ਬਾਅਦ ਦੇ ਵਿੱਚ ਆਉਣੀ ਇਹ ਤਾਂ ਜੀ ਤੁਹਾਨੂੰ ਭਲੇਖਾ ਪੈ ਗਿਆ ਉਹਨੇ ਭਲੇਖੇ ਕੱਢ ਦੇਣਗੇ ਸੀ ਹੂੰ ਇਹ ਚਾਹੀਦਾ ਇਹ ਤਾਂ ਵੈਸੇ ਕੱਲੇ ਹਿਮਾਚਲ ਚ ਨਹੀਂ ਪੂਰੇ ਭਾਰਤ ਦੇ ਵਿੱਚ ਚਾਹੀਦਾ ਕਿ ਜਿੱਥੇ ਵੀ ਕੋਈ ਬੰਦਾ ਗੰਦ ਪਾਉਂਦਾ ਦਿਖ ਗਿਆ ਜਿੱਥੇ ਵੀ ਕੋਈ ਬੰਦਾ ਇਸ ਤਰੀਕੇ ਨਾਲ ਕੂੜਾ ਫੈਲਾਉਂਦਾ ਦਿਖ ਗਿਆ ਉਹਨੂੰ ਉੱਥੇ ਹੀ 5000 10000 25000 ਦਾ ਜੁਰਮਾਨਾ ਹੋਣਾ ਚਾਹੀਦਾ ਕਿਉਂਕਿ ਸਾਡੇ ਲੋਕ ਨਹੀਂ ਸੁਧਰਦੇ ਆਪਣਾ ਘਰ ਸਾਫ਼ ਕਰ ਹੀ ਜਾਣਗੇ ਲਫਾਫੇ ਕੱਢ ਕੇ ਗਵੰਡੀ ਵੱਲ ਮੈਂ ਇੱਕ ਰਣ ਜਾਮਾ ਆਪਦੇ ਘਰ ਨੂੰ ਜੀ ਤੇ ਇਧਰੋਂ ਇੱਕ ਔਰਤ ਆਈ ਹੂੰ ਤੇ ਉਹਦਾ ਲਫਾਫਾ ਸੀਗਾ ਉਹਦੇ ਕੋਲੇ ਤੇ ਸਾਹਮਣੇ ਖਾਲੀ ਪਲਾਟ ਆਇਆ ਮਾਰਿਆ ਉਹਨੇ ਜਵੇਂ ਨਾ ਨੀਰੇਜ ਚੋਪੜਾ ਪਾਲਾ ਛੁੱਟਦਾ ਹੁੰਦਾ ਏ ਠੀਕ ਆ ਤੇ ਮੈਂ ਆਖਿਆ ਵੀ ਮਾੜਾ ਮੋਟਾ ਗਾਂ ਹੀ ਆ ਜਾਂਦੀ ਗਾਂ ਬਰੂਦੀ ਸਰੰਗਾ ਵਛਾਈਆਂ ਆਹੋ ਬਿਲਕੁਲ ਉਹ ਅੱਧਾ ਕਿ ਤਾਂ ਲਫਾਫਾ ਉੜਦਾ ਜਾਂਦਾ ਰਸਤੇ 'ਚ ਖਲਾਰ ਜਾਂਦਾ ਹੈ ਨਾ ਕਦੀ ਛੱਲਾਂ ਪਈਆਂ ਹੁੰਦੀਆਂ ਨੇ ਕਦੀ ਕੋਸ ਤੇ ਨਾਲ ਦੇ ਨਾਲ ਕਢ ਕੇ ਇੱਥੇ ਕੈਨੇਡਾ ਵਾਲੀ ਸਫਾਈ ਨਹੀਂ ਹੋ ਸਕਦੀ ਹਾਂ ਹੱਦੀ ਹੋਗੀ ਲੋਕਾਂ ਦੀ ਆ ਐਡੀ ਮਹਿੰਗੀ ਗੱਡੀ ਹੋਊਗੀ ਵੱਡੀ ਸਾਰੀ ਲੱਗੂਗਾ ਕਿ ਚ ਪੜੇ ਲਿਖੇ ਲੋਕ ਸ਼ਾਇਦ ਸਵਾਰ ਹੋਣਗੇ ਹੈਨਾ ਉਹ ਆਰਾਮ ਨਾਲ ਤਾਂ ਕੀ ਖੋਲਣਗੇ ਦਾ ਚੱਲ ਕੇਲੇ ਦੇ ਛਿਲੜਬਾਰ ਚੱਲ ਲਫਾਫੇ ਬਾਹਰ ਉਹ ਦੁੱਖ ਸਭ ਤੋਂ ਵੱਧ ਉਦੋਂ ਹੁੰਦਾ ਜਦੋਂ ਮੋਟਰਸਾਈਕਲ ਤੇ ਜਾਣਾ ਬੰਦਾ ਥੁੱਕਦਾ ਤੇ ਮਗਰਲੇ ਦਾ ਮੇਕਅਪ ਕਰਦਾ ਫਿਰਦਾ ਜੀ ਐ ਮਾਰੂ ਪਚਕਾਰੀ ਪੁਹਾਰਾ ਸਿਸਟਮ ਸ਼ੁਰੂ ਕਰ ਦਿੰਦਾ ਜਨੂੰ ਬਿਲਕੁਲ ਸਹੀ ਲੱਖ ਲਾਣ ਤੋਂ ਉਹਨਾਂ ਨੂੰ ਹਾਂ ਹੁਣ ਗੱਲ ਇਹ ਹੈ ਵੀ ਸੁਧਾਰ ਤਾਂ ਆਪਾਂ ਹੀ ਕਰਨਾ ਟਾਣਾ ਸਾਹਿਬ ਹੁਣ ਕੱਲੀ-ਕੱਲੀ ਸਰਕਾਰ ਦਾ ਕੋਈ ਨੁਮਾਇੰਦਾ ਆ ਪੁਲਿਸ ਵਾਲਾ ਤਾਂ ਸਾਡੇ ਮਗਰ ਨਹੀਂ ਲੱਗ ਸਕਦਾ ਥੋੜੀਆਂ ਜੀਆਂ ਆਪਣੀਆਂ ਜ਼ਿੰਮੇਵਾਰੀਆਂ ਬਿਲਕੁਲ ਆਪਣੀ ਜ਼ਿੰਮੇਵਾਰੀ ਸਮਝ ਗਏ ਤੇ ਹਰ ਗੱਲ ਦੇ ਉੱਤੇ ਇਹ ਕਹਿਣਾ ਬੰਦ ਕਰ ਗਏ ਵੀ ਸਰਕਾਰਾਂ ਨੇ ਵਿਗਾੜਤਾ ਹੁਣ ਜਿਹੜਾ ਤੁਹਾਡਾ ਖੰਗਾਰ ਆ ਉਹ ਵੀ ਸਰਕਾਰਾਂ ਦੇ ਦੇਖਣ ਜੀ ਤੁਸੀਂ ਕਿੱਥੇ ਪਿਸ਼ਾਬ ਕਰਦੇ ਵੀ ਜਾ ਕੇ ਤੁਹਾਨੂੰ ਮਗਰੋਂ ਸਰਕਾਰ ਰੋਕ ਕੇ ਆਪਦੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝ ਗਏ ਤੇ ਫਿਰ ਸਾਡੇ ਸਮਾਜ ਦੇ ਵਿੱਚ ਬਦਲਾ ਆਊਗਾ ਹਰਮਨਜੀਤ ਗੁਰਦਾਸ ਮਾਨ ਦੇ ਵੱਲੋਂ ਮਾਫੀ ਮੰਗ ਲਈ ਗਈ ਆ ਜੀ ਜਿਹੜੀ ਗੱਲ ਅਸੀਂ ਕੱਲ ਕੀਤੀ ਸੀ ਤੇ ਚਾਰੇ ਪਾਸੇ ਜਿਹੜੀ ਗੱਲ ਹੋ ਰਹੀ ਆ ਕਿ ਉਹਨੇ ਜਿਹੜੇ ਡੇਰੇ ਦੇ ਵਿੱਚ ਜਾਂਦਾ ਉੱਥੇ ਖੜ ਕੇ ਮੰਚ ਦੇ ਉੱਤੇ ਤੇ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚੋਂ ਸਾਡੇ ਡੇਰੇ ਦੇ ਸੰਚਾਲਕ ਜਿਹੜੇ ਰਹੇ ਆ ਜਾਂ ਸਾਡੀ ਸਰਕਾਰ ਜਾਂ ਸਾਡੇ ਜਿਹੜੇ ਸਾਂਝੀ ਆ ਉਹ ਵੀ ਉਸੇ ਵੰਸ਼ ਦੇ ਵਿੱਚੋਂ ਉਸ ਅੰਸ਼ ਦੇ ਵਿੱਚੋਂ ਆ ਇਹ ਗੱਲ ਕਹੀ ਸੀ ਇਸ ਗੱਲ ਦੇ ਉੱਤੇ ਮਾਫੀ ਮੰਗ ਲਈ ਆ ਜੀ ਬਿਲਕੁਲ ਔਰ ਬਹੁਤ ਤੇਜ਼ੀ ਦੇ ਨਾਲ ਅੱਗ ਦੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਮਾਫੀ ਜਿਹੜੀ ਆ ਉਹ ਫੈਲੀ ਐ ਸਾਰੇ ਪਾਸੇ ਔਰ ਲੋਕਾਂ ਦੀ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਉਹ ਸਾਹਮਣੇ ਆ ਰਹੀ ਐ ਇਸ ਤੋਂ ਬਾਅਦ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਤੁਹਾਨੂੰ ਪਹਿਲਾਂ ਸੋਚ ਕੇ ਬੋਲਣਾ ਚਾਹੀਦਾ ਸੀ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਵਧੀਆ ਗੱਲ ਆ ਵੀ ਪਹਿਲਾਂ ਗੱਲਾਂ ਕਹਿ ਦਿਓ ਬਾਅਦ ਵਿੱਚ ਮਾਫੀ ਮੰਗ ਲਓ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਮਾਫੀ ਮੰਗਣ ਦੇ ਨਾਲ ਮਤਲਬ ਕੋਈ ਵੱਡਾ ਛੋਟਾ ਨਹੀਂ ਹੁੰਦਾ ਕਈਆਂ ਦਾ ਕਹਿਣਾ ਕਿ ਵਾਕਈ ਸਮਾਨ ਨੇ ਮਾਫੀ ਮੰਗੀ ਬਹੁਤ ਚੰਗਾ ਕੀਤਾ ਕਿਉਂਕਿ ਇਹ ਮਾਮਲਾ ਬਹੁਤ ਹੋਰ ਭਖਣਾ ਸੀ ਕਿਉਂਕਿ ਅੱਜ ਪਤਾ ਲੱਗਾ ਜੀ ਕਿ ਸਿੱਖ ਜੱਥੇ ਬੰਦਗਾਂ ਨੇ ਨਕੂਦਰ ਦੇ ਥਾਣੇ ਦੇ ਮੂਹਰੇ ਵੀ ਪ੍ਰਦਰਸ਼ਨ ਕੀਤਾ ਤਾਂ ਜੋ ਗੁਰਦਾਸ ਮਾਨ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਇਹ ਮੰਗ ਉੱਠ ਰਹੀ ਸੀ ਕਿ ਗੁਰਦਾਸ ਮਾਨ ਦੇ ਉੱਤੇ ਕਾਰਵਾਈ ਹੋਵੇ ਇਸ ਕਰਕੇ ਮਾਫੀ ਤੋਂ ਵੱਡਾ ਸੰਕਲਪ ਕੋਈ ਨਹੀਂ ਪਰ ਮਾਫੀ ਨੂੰ ਇੱਕ ਹਥਿਆਰ ਵੀ ਨਹੀਂ ਬਣਾਉਣਾ ਚਾਹੀਦਾ ਵੀ ਪਹਿਲਾਂ ਜੋ ਮਰਜ਼ੀ ਕਹਿ ਲਈਏ ਤੇ ਬਾਅਦ ਵਿੱਚ ਮਾਫੀ ਮੰਗ ਲਾਂਗੇ 1 ਮਿੰਟ 15 16 ਸਕਿੰਟ ਦੇ ਲਈ ਆ ਕੇ ਸੋ ਇਸ ਕਰਕੇ ਬੰਦੇ ਨੂੰ ਤੋਲ ਕੇ ਬੋਲਣਾ ਚਾਹੀਦਾ ਮੈਂ ਕੱਲ ਵੀ ਇਹ ਗੱਲ ਕਹੀ ਸੀ ਜੇ ਤਾਂ ਕੋਈ ਨਵਾਂ ਜਾਂ ਕਲਾਕਾਰ ਹੋਵੇ ਜਿਨ੍ਹਾਂ ਬੰਦੂਕਾਂ ਬਦਾਕਾਂ ਦੀ ਗੱਲ ਕਰਨੀ ਹੋਵੇ ਉਹ ਤਾਂ ਮੰਨਗੇ ਵੀ ਭਾਈ ਇਹ ਹੈ ਹੀ ਇਦਾਂ ਇਹ ਕਿਹੜਾ ਪੜਦੇ ਆ ਇਹ ਕਿਹੜਾ ਕੁਝ ਸੋਚਦੇ ਸਮਝਦੇ ਆ ਇਹ ਤਾਂ ਹੋਰ ਹੀ ਛਲਾਰੂ ਜਿਹੇ ਲੀਆਂ ਗੱਲਾਂ ਕਰੀ ਜਾਂਦੇ ਆ ਪਰ ਜਦੋਂ ਇੱਕ ਬਾਬਾ ਗਾਇਕ ਅਖਵਾਉਣ ਵਾਲਾ ਵਿਅਕਤੀ ਜਿਹੜਾ ਕਹਿੰਦਾ ਹੋਵੇ ਜੀ ਕਿ ਮੈਂ ਸੱਬੇਚਾਰ ਦੀ ਸੇਵਾ ਕੀਤੀ ਮਾਂ ਬੋਲੀ ਦੀ ਸੇਵਾ ਕੀਤੀ ਉਹਨੂੰ ਆਮ ਨਾਲੋਂ ਵੱਧ ਤੋਲ ਕੇ ਬੋਲਣਾ ਚਾਹੀਦਾ ਜੀ ਜਿਹੜੇ ਬੰਦੇ ਦਾ ਜਿਹੋ ਜਿਹਾ ਰਤਬਾ ਉਹਦੇ ਉੱਤੇ ਜ਼ਿੰਮੇਵਾਰੀ ਵੀ ਉਹ ਜੀ ਵਰ ਜਾਂਦੀ ਹੈ ਹਾਂ ਬਿਲਕੁਲ ਸੋ ਗੁਰਦਾਸ ਮਾਨ ਨੇ ਜੋ ਗੱਲ ਕਹੀ ਉਹ ਕਹਿੰਦਾ ਜੀ ਮੈਂ ਇਸ ਕਰਕੇ ਕਹੀ ਸੀ ਕਿਉਂਕਿ ਗੁਰੂ ਅਮਰਦਾਸ ਸਾਹਿਬਾ ਜਿਹੜੇ ਇਹ ਵੀ ਭੱਲਾ ਪਰਿਵਾਰ ਦੇ ਵਿੱਚੋਂ ਸੀ ਤੇ ਜਿਹੜੇ ਸਾਈ ਮੁਰਾਰਾ ਸਾਹਿਬ ਜਿਹੜੇ ਉਹ ਵੀ ਭੱਲਾ ਪਰਿਵਾਰ ਦੇ ਵਿੱਚੋਂ ਸੀ ਮੈਂ ਇਸ ਕਰਕੇ ਅੰਸ਼ਵੰਸ਼ ਦੀ ਗੱਲ ਕਰਤੀ ਪਰ ਜੇਕਰ ਕਿਸੇ ਨੂੰ ਇਹ ਗਲਤ ਲੱਗੀ ਆ ਕਿਸੇ ਦੀ ਭਾਵਨਾ ਤਾਂ 6:00 ਵਜੇ ਆ ਤਾਂ ਮੈਂ 100-100 ਵਾਰ ਮਾਫੀ ਮੰਗਦਾ ਜੀ ਬਿਲਕੁਲ 100 ਟਾਣਾ ਸਾਹਿਬ ਇਹ ਤਾਂ ਹੁਣ ਲੋਕਾਂ ਦੇ ਉੱਪਰ ਨਿਰਭਰ ਕਰਦੀ ਗੱਲ ਹੈ ਕਿ ਉਹ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਵੀ ਲੋਕ ਮਾਫ ਕਰਦੇ ਨੇ ਜਾਂ ਨਹੀਂ ਕਰਦੇ ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਬੰਦੇ ਨੂੰ ਪਹਿਲਾਂ ਹੀ ਸੋਚ ਕੇ ਬੋਲਣਾ ਚਾਹੀਦਾ ਹੈ ਤੁਹਾਡੇ ਵੱਲ ਲੱਖਾਂ ਕਰੋੜਾਂ ਨਜ਼ਰਾਂ ਵੇਖ ਰਹੀਆਂ ਹੁੰਦੀਆਂ ਨੇ ਤੁਹਾਡੇ ਤੋਂ ਬਹੁਤ ਕੁਝ ਸਿੱਖਣਾ ਹੈ ਲੋਕਾਂ ਨੇ ਤੁਹਾਨੂੰ ਕਹਿ ਲੋ ਵੀ ਇੱਕ ਬਹੁਤ ਉੱਚਾ ਰੁਤਬਾ ਦਿੱਤਾ ਉਹਨਾਂ ਲੋਕਾਂ ਨੇ ਸੋ ਮੈਨੂੰ ਲੱਗਦਾ ਹੈ ਦੇਖੋ ਰੁਤਬੇ ਤੇ ਪਹੁੰਚਣਾ ਵੱਖਰੀ ਗੱਲ ਹੁੰਦੀ ਹੈ ਪਰ ਉਸ ਰੁਤਬੇ ਨੂੰ ਕਾਇਮ ਰੱਖਣਾ ਇੱਕ ਵੱਖਰੀ ਗੱਲ ਹੁੰਦੀ ਹੈ ਔਰ ਹਮੇਸ਼ਾ ਉਸ ਰੁਤਬੇ ਨੂੰ ਕਾਇਮ ਰੱਖਣ ਦੇ ਉੱਪਰ ਜ਼ਿਆਦਾ ਮਿਹਨਤ ਲੱਗਦੀ ਹੈ ਮੈਂ ਨਾ ਕੱਲ ਵੀ ਬੇਨਤੀ ਕੀਤੀ ਸੀ ਅੱਜ ਫੇਰ ਕਰਦਾ ਕਿਸੇ ਦੇ ਵੀ ਗਾਣੇ ਸੁਣ ਕੇ ਇਹ ਨਾ ਕਿਹਾ ਕਰੋ ਕਿ ਬਾਬਾ ਗਾਇਕ ਆ ਕਿਸੇ ਦੇ ਵੀ ਚਾਰ ਗਾਣੇ ਹਿੱਟ ਹੋ ਜਾਣ ਉਹਨੂੰ ਉਸਤਾਦ ਦਾ ਮੰਨਿਆ ਕਰੋ ਕਿਸੇ ਵੀ ਪੱਤਰਕਾਰ ਦੇ ਪ੍ਰਤੀ ਇੰਨੇ ਉਲਾਰਵਾਦੀ ਨਾ ਹੋਵੋ ਕਿ ਸੱਚ ਦਾ ਤਾਂ ਸਾਹਮਣਾ ਇਹੀ ਕਰ ਸਕਦਾ ਇਹੀ ਸੱਚ ਦਾ ਇੱਕ ਬਹੁਤ ਵੱਡਾ ਬ੍ਰੈਂਡ ਮਿਸਟਰ ਆ ਕਿਸੇ ਵੀ ਨੇਤਾ ਦੇ ਉੱਤੇ ਅਨ੍ਹਾ ਯਕੀਨ ਨਾ ਕਰਿਆ ਕਰੋ ਅਸੀਂ ਉਲਾਰਵਾਦੀ ਹੋਣਾ ਬੰਦ ਕਰ ਗਏ ਅਸੀਂ ਐਵੇਂ ਕਿਸੇ ਨੂੰ ਤਾਂ ਚੜਾ ਦਿੰਨੇ ਆ ਬਾਅਦ ਵਿੱਚ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਐਵੇਂ ਠਾਂ ਲਾ ਲੈਣੇ ਆ ਬਿਲਕੁਲ ਇਸ ਕਰਕੇ ਆਪਾਂ ਪਹਿਲਾਂ ਹੀ ਸੋਚ ਕੇ ਬੰਦੇ ਨੂੰ ਉਸ ਰਤਬੇ ਤੇ ਬਿਠਾਇਆ ਕਰਗੇ ਮੈਂ ਕਦੇ ਕਦੇ ਹੈਰਾਨ ਹੁੰਨਾ 35 40 ਸਾਲ ਦਾ ਜੇਕਰ ਕੋਈ ਨੌਜਵਾਨ ਐਮਐਲਏ ਬਣ ਜਾਂਦਾ ਤੇ 60 ਸਾਲ ਦਾ ਬੰਦਾ ਉਹਦੇ ਗੋਡੀ ਹੱਥ ਲਾਈ ਜਾਂਦਾ ਹੁੰਦਾ ਮੈਨੂੰ ਹੈਰਾਨੀ ਹੁੰਦੀ ਵੀ ਲੋਕਾਂ ਦੀ ਮਤ ਨੂੰ ਕੀ ਹੋ ਗਿਆ ਹਾਂ ਨਾਲੇ ਉਹਨਾਂ ਦੇ ਪੈਰੀਂ ਹੱਥ ਲਾਉਣ ਦਾ ਮਤਲਬ ਹੀ ਕੀ ਆ ਉਹ ਸਾਡੀ ਸੇਵਾ ਕਰਨ ਲਈ ਜੇਕਰ ਜਿਵੇਂ ਉਹ ਕਹਿੰਦੇ ਨੇ ਸੇਵਾ ਕਰਨ ਲਈ ਆਏ ਨੇ ਤਾਂ ਫਿਰ ਉਹਨਾਂ ਨੂੰ ਠੀਕ ਆ ਸਾਡੀ ਸੇਵਾ ਕਰਨ ਦੀ ਉਹਨਾਂ ਦੀ ਨੌਕਰੀ ਹੈ ਕਿ ਉਹਨਾਂ ਨੇ ਸਾਡੇ ਲਈ ਕੰਮ ਕਰਨਾ ਤੇ ਇਹ ਨੌਕਰੀ ਆਪਣੀ ਮਰਜ਼ੀ ਦੇ ਨਾਲ ਹੀ ਚੁਣੀ ਗਈ ਆ ਇਹ ਨਹੀਂ ਆ ਕਿ ਇਹਦੇ ਲਈ ਕੋਈ ਟੈਸਟ ਪਾਸ ਕੀਤਾ ਕੋਈ ਬਹੁਤ ਵੱਡੀ ਉਹਨਾਂ ਨੇ ਕਹਿ ਲਓ ਵੀ ਡਿਗਰੀ ਹਾਸਲ ਕੀਤੀ ਹੈ ਅਗਲਿਆਂ ਦੀ ਮਰਜ਼ੀ ਸੀ ਉਹਨਾਂ ਨੇ ਇਸ ਕਿੱਤੇ ਦੀ ਚੋਣ ਕੀਤੀ ਸੋ ਇਸ ਲਈ ਉਹਨਾਂ ਦੇ ਪੈਰੀ ਹੱਥ ਲਾਉਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਕਿਸੇ ਨੇ ਸਾਫ਼ ਸੁਥਰੇ ਗਾਣੇ गा ਕੇ ਪੈਸੇ ਕਮਾਏ ਕਿਸੇ ਨੇ ਦੁਗਾਣੇ गा ਕੇ ਕਮਾਏ ਕਿਸੇ ਨੇ ਪੌਪ ਰੈਪ ਕਰਕੇ ਕਮਾਏ ਕਿਸੇ ਨੇ ਚਾਦਰਾਂ ਲਾ ਕੇ ਕਮਾਏ ਕਿਸੇ ਨੇ ਪਾਟੀਆਂ ਪੈਂਟਾਂ ਪਾ ਕੇ ਕਮਾਏ ਸਭ ਦੇ ਆਪੋ ਆਪਣੇ ਢੰਗ ਤਰੀਕੇ ਆ ਤੇ ਕੋਈ ਵੀ ਮਾਂ ਬੋਲੀ ਦੀ ਸੇਵਾ ਨਹੀਂ ਕਰਦਾ ਮਾਂ ਬੋਲੀ ਦੇ 35 ਅੱਖਰ ਜਿਹੜੇ ਉਹ ਆਖਰੀ ਸਾਹ ਤੱਕ ਸਾਡੀ ਸੇਵਾ ਕਰਦੇ ਆ ਇਸ ਕਰਕੇ ਭਰਮ ਕੱਢਦੇ ਹੋ ਕਿ ਫਲਾਣਾ ਬੰਦਾ ਮਾਂ ਬੋਲੀ ਦਾ ਸੇਵਕ ਹੈ ਕਿਉਂਕਿ ਅਸੀਂ ਇਹਦਾ ਦਿੱਤਾ ਖਾਨੇ ਹੈ ਜੇ ਇਹ ਬੋਲੀ ਸਾਡੇ ਕੋਲ ਨਾ ਹੋਵੇ ਤਾਂ ਸਾਡੀ ਪਛਾਣ ਕੀ ਹੈ ਜੇ ਬੋਲੀ ਦੇ ਇਹ 35 ਅੱਖਰ ਸਾਡੇ ਪੱਲੇ ਨਾ ਹੋਣ ਤੇ ਅਸੀਂ ਲੋਕਾਂ 'ਚ ਆਪਣੀ ਪਛਾਣ ਕਿਵੇਂ ਬਣਾ ਸਕਦੇ ਆ ਅਸੀਂ ਲੋਕਾਂ 'ਚ ਆਪਣਾ ਨਾਂ ਕਿਵੇਂ ਬਣਾ ਸਕਦੇ ਆ ਸਾਡੀ ਬੋਲੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਪਰ ਅਫਸੋਸ ਹੈ ਕਿ ਅਸੀਂ ਆਪਦੀ ਬੋਲੀ ਦੇ ਲਈ ਕੁਝ ਨਹੀਂ ਕਰ ਸਕਦੇ ਤੇ ਇੱਕ ਬੇਨਤੀ ਹੋਰ ਆ ਕਿ ਸਾਨੂੰ ਸਭ ਨੂੰ ਸਹਿਯੋਗ ਵੱਧ ਪੜ੍ਹਨਾ ਚਾਹੀਦਾ ਜੇ ਸਾਹਿਤ ਪੜਾਂਗੇ ਸਾਨੂੰ ਆਲੋਚਨਾ ਕਰਨ ਦਾ ਵੀ ਢੰਗ ਆਊਗਾ ਅਸੀਂ ਕੱਲੀਆਂ ਗਾਲਾਂ ਦੇ ਨਾਲ ਨਹੀਂ ਮਸਲਾ ਹੱਲ ਚਾਹਾਂਗੇ ਕਿਉਂਕਿ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਹੁਣ ਉਹ ਮਾੜਾ ਕੋਈ ਉਹਨੂੰ ਤੀ ਪੈਣ ਦੀ ਗੱਲ ਕੱਢੀ ਜਾਂਦਾ ਜਿਹੜੇ ਆਲੋਚਕ ਆ ਉਹਨਾਂ ਨੂੰ ਵੀ ਆਲੋਚਨਾ ਦਾ ਪੱਧਰ ਵੇਖਣਾ ਚਾਹੀਦਾ ਜਿਹੜੇ ਗਾਉਂਦੇ ਆ ਉਹਨਾਂ ਨੂੰ ਆਪਦੀ ਗਾਇਕੀ ਦਾ ਪੱਦਰ ਦੇਖਣਾ ਚਾਹੀਦਾ ਪੱਤਰਕਾਰਾਂ ਨੂੰ ਆਪਦੀ ਸ਼ਬਦਾਵਲੀ ਦਾ ਪੱਦਰ ਦੇਖਣਾ ਚਾਹੀਦਾ ਮर्यादा ਦੇ ਧਾਇਰੇ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਚਾਹੀਦਾ ਤੇ ਗੁਰਦਾਸ ਮਾਨ ਨੇ ਮਸਲਾ ਵਿਗੜਨ ਤੋਂ ਬਚਣ ਦੇ ਲਈ ਵੀ ਕਿਤੇ ਹੋਰ ਨਾ ਇਸ ਮਾਮਲੇ ਦੇ ਉੱਤੇ ਪੰਗਾ ਵੜ ਜੇ ਇਸ ਕਰਕੇ ਵੇਲੇ ਸਰ ਮਾਫੀ ਮੰਗੀ ਆ ਸੋ ਲੋਕਾਂ ਦੀ ਕਚਹਿਰੀ ਦੇ ਵਿੱਚੇ ਮਾਫੀ ਆ ਉਹ ਮaaf ਕਰਲੇ ਜਾਂ ਨਹੀਂ ਕਰਦੇ ਇਹ ਉਹਨਾਂ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਬਿਲਕੁਲ ਸਹੀ ਸਰ ਆਬ ਅੱਜਕਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਤਸਵੀਰ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਵਧ ਰਹੀ ਹੈ ਔਰ ਉਹ ਤਸਵੀਰ ਵੇਖ ਕੇ ਮਨ ਭਾਵੁਕ ਵੀ ਹੁੰਦਾ ਹੈ ਕਈ ਤਰ੍ਹਾਂ ਦੇ ਵਿਚਾਰ ਵੀ ਆਉਂਦੇ ਨੇ ਮਨ ਦੇ ਵਿੱਚ ਇਸ ਤਸਵੀਰ ਚ ਤਿੰਨ ਸਿੱਖ ਖੜੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਸਿਰਾਂ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਰੱਖੇ ਹੋਏ ਨੇ ਤੇ ਉਹ ਅਫਗਾਨਿਸਤਾਨ ਦੀ ਇਹ ਜਿਹੜੀ ਤਸਵੀਰ ਹੈ ਉਹ ਦੱਸੀ ਜਾ ਰਹੀ ਹੈ ਦੇਖੋ ਇਹ ਤਸਵੀਰ ਹੈਗੀ ਹਰਮਨ ਜੀ ਕਾਬਲ 에어ਪੋਰਟ ਦੀ ਜੀ ਉਹ ਲੋਕ ਜਿਹੜੇ ਕਿ ਭਾਰਤ ਦੇ ਨਾਲ ਜੁੜੇ ਹੋਏ ਆ ਤੇ ਭਾਰਤ ਵਾਪਸ ਆਉਣਾ ਚਾਹੁੰਦੇ ਆ ਇਹ ਉਹਨਾਂ ਦੇ ਵਿੱਚੋਂ ਤਿੰਨ ਜਣੇ ਆ ਤਿੰਨ ਸਿੱਖ ਵਿਅਕਤੀ ਆ ਜਿਨ੍ਹਾਂ ਨੇ ਸਿਰਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਮर्यादा ਦੇ ਮੁਤਾਬਕ ਕਰਨਾ ਇਹ ਸਾਡਾ ਪਹਿਲ ਪਲੱਕੜਾ ਫਰਜ਼ ਵੀ ਆ ਹੁਣ ਇਹਨਾਂ ਨੌਜਵਾਨਾਂ ਦੀ ਥਾਂ ਦੇ ਉੱਤੇ ਜੇਕਰ ਕਿਸੇ ਨੇ ਸਿਰ ਦੇ ਉੱਤੇ ਗੀਤਾ ਵੀ ਰੱਖੀ ਹੋਵੇ ਕੁਰਾਨ ਸ਼ਰੀਫ ਵੀ ਰੱਖੀ ਹੋਵੇ ਤਾਂ ਵੀ ਬੰਦੇ ਦਾ ਭਾਵਕ ਹੋਣਾ ਕੁਦਰਤੀ ਆ ਵੀ ਅਸੀਂ ਆਪਣੇ ਧਰਮ ਗ੍ਰੰਥਾਂ ਦੇ ਪ੍ਰਤੀ ਕਿੰਨੀ ਆਸਥਾ ਰੱਖਦੇ ਆ ਕਿੰਨੀ ਸਾਡੇ ਮਨ ਵਿੱਚ ਇੱਜ਼ਤ ਆ ਸਤਕਾਰ ਆ ਸ਼ਰਧਾ ਹੈਗੀ ਆ ਬਹੁਤ ਚੰਗੀ ਗੱਲ ਆ ਇਹ ਨੌਜਵਾਨ ਵਾਪਸ ਆ ਗਏ ਆ ਜਿਹੜਾ ਅੱਜ ਸਵੇਰੇ ਜਹਾਜ਼ ਆਇਆ ਕਾਬਲ 에어ਪੋਰਟ ਤੋਂ ਉਹਦੇ ਵਿੱਚ ਇਹ ਤਿੰਨੇ ਵੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਇੱਥੇ ਭਾਰਤ ਦੇ ਵਿੱਚ ਆ ਗਏ ਆ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰੱਖੇ ਜਾ ਰਹੇ ਆ ਪਰ ਉੱਥੋਂ ਦਾ ਇੱਕ ਵਿਅਕਤੀ ਆ ਹਰਿੰਦਰ ਸਿੰਘ ਜਿਹੜਾ ਉੱਥੇ ਗੁਰਦੁਆਰਾ ਮਨਸਾ ਸਿੰਘ ਦੇ ਵਿੱਚ ਬੈਠਾ ਤੇ ਉੱਥੇ ਹੋਰ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਬੈਠੇ ਆ। ਜੀ। ਉਹਨਾਂ ਨੂੰ ਉੱਥੇ ਪਨਾਹ ਮਿਲੀ ਹੋਈ ਆ। ਹਰਿੰਦਰ ਸਿੰਘ ਨੇ ਗੱਲ ਕਹੀ ਆ ਕਿ ਮੈਂ 2008 ਦੇ ਵਿੱਚ ਇੱਥੇ ਆਇਆ ਸੀ। ਮੈਂ ਆਯੁਰਵੈਦਿਕ ਦਵਾਈਆਂ ਦਾ ਕਾਰੋਬਾਰ ਕਰਦਾ ਰਿਆ। ਮੇਰਾ ਕੰਮ ਕਾਜ ਸੋਹਣਾ ਚੱਲ ਨਿਕਲਿਆ ਪਰ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਦੁਕਾਨ ਤੇ ਮੇਰੇ ਘਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ। ਤਾਲਿਬਾਨੀ ਜੋ ਇੱਥੇ ਹਾਲਾਤ ਬਣਾ ਰਹੇ ਆ ਆਉਂਦੇ ਸਮੇਂ ਦੇ ਵਿੱਚ ਕੋਈ ਨਹੀਂ ਪਤਾ ਵੀ ਕੀ ਬਣ ਜੇ ਸਾਡੇ ਨਾਲ ਆਉਂਦੇ ਘੰਟੇ ਦੇ ਵਿੱਚ ਕੀ ਬਣ ਜੇ ਉਹਨਾਂ ਸਾਰਿਆਂ ਨੇ ਬੇਨਤੀ ਕੀਤੀ ਆ ਭਾਰਤ ਦੀ ਸਰਕਾਰ ਨੂੰ ਵੀ ਸਾਨੂੰ ਇੱਥੋਂ ਲੈ ਚੱਲੋ ਸਾਨੂੰ ਨਹੀਂ ਪਤਾ ਵੀ ਭਾਈ ਅਸੀਂ ਅਗਲੇ ਪਲ ਬਚਣਾ ਵੀ ਕਿ ਨਹੀਂ ਬਚਣਾ ਸੋ ਉੱਥੇ ਤਾਲਿਬਾਨ ਦੇ ਵੱਲੋਂ ਹਾਲਾਤ ਜਿਹੜੇ ਪੈਦਾ ਕੀਤੇ ਗਏ ਆ ਬੜੇ ਚਿੰਤਾਜਨਕ ਆ ਇੱਕ ਉੱਥੋਂ ਔਰਤ ਆਈ ਆ ਪਿਛਲੇ ਦਿਨੀ ਉਹਦਾ ਨਾਂ ਹੈਗਾ ਮੁਸਕਾਨ ਹੂੰ ਉਹਨੇ ਜਿਹੜੀ ਖੁਲਾਸੇ ਕੀਤੇ ਆ ਉਹ ਲੂਕੰਡਾ ਖੜਾ ਕਰਨ ਵਾਲੇ ਆ ਉਹ ਕਹਿੰਦੀ ਜੀ ਤਾਲਿਬਾਨ ਦੇ ਨਾਲ ਜੁੜੇ ਹੋਏ ਕੁਝ ਲੋਕ ਔਰਤਾਂ ਦੇਗਾ ਲਾਸ਼ਾਂ ਦੇ ਨਾਲ ਵੀ ਜ਼ਬਰਜਨਾਹ ਕਰ ਰਹੇ ਆ ਲਾਸ਼ਾਂ ਦੀ ਵੀ ਪੱਤ ਲੁੱਟ ਰਹੇ ਆ ਔਰਤਾਂ ਨੂੰ ਘਰਾਂ ਦੇ ਵਿੱਚੋਂ ਚੁੱਕਿਆ ਜਾ ਰਿਹਾ ਔਰਤਾਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਹਦੇ ਮਰਜ਼ੀ ਗੋਲੀ ਮਾਰ ਦਿੰਦੇ ਆ ਗੋਲੀ ਮਾਰ ਕੇ ਉਹਦੇ ਨਾਲ ਜ਼ਬਰਜਨਾਹ ਕਰਦੇ ਆ ਤੇ ਇਸ ਤੋਂ ਇਲਾਵਾ ਕਿਸੇ ਕੁੜੀ ਨੂੰ ਫਾਹਾ ਦਿੱਤਾ ਇਹ ਵੀ ਕੰਮ ਚੱਲਦਾ ਸੋ ਉੱਥੇ ਹਾਲਾਤ ਬੜੇ ਚਿੰਤਾਜਨਕ ਆ ਬਿਲਕੁਲ ਸਹੀ ਟਾਣਾ ਸਾਹਿਬ ਔਰ 16 17 ਜਣੇ ਜਿਹੜੇ ਲੁਧਿਆਣਾ ਦੇ ਹੀ ਨੇ ਕਹਿੰਦੇ ਜਿਹੜੇ ਉੱਥੇ ਫਸੇ ਹੋਏ ਨੇ ਇਸ ਵੇਲੇ ਔਰ ਤੁਸੀਂ ਇਹ ਵੇਖੋ ਕਿ 1990 ਦੇ ਵਿੱਚ ਉੱਥੇ ਜੇਕਰ ਸਿੱਖਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਉਹ 2 ਲੱਖ ਦੇ ਨੇੜੇ ਤੇੜੇ ਸੀ ਪਰ ਹੁਣ 220 ਨਹੀਂ ਰਹਿ ਗਏ ਸੀ ਹੈਨਾ ਸੋ ਗੱਲ ਇਹ ਹੈ ਕਿ ਸਥਿਤੀ ਬਹੁਤ ਤਣਾਅਪੂਰਨ ਹੈ ਬਹੁਤ ਜ਼ਿਆਦਾ ਚਿੰਤਾ ਵਾਲੀ ਬਣੀ ਹੋਈ ਹੈ ਔਰ ਖਾਸ ਤੌਰ ਤੇ ਜਦੋਂ ਔਰਤਾਂ ਦੀ ਆਪਾਂ ਗੱਲ ਕਰਦੇ ਹਾਂ ਟਾਣਾ ਸਾਹਿਬ ਉਹਨਾਂ ਨਾਲ ਜੁੜੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਸੱਚੀ ਜੋ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਸੀ ਚਾਹੇ ਉਹ 47 ਦੀ ਗੱਲ ਕਰੀਏ ਚਾਹੇ ਉਹ 84 ਦੀ ਗੱਲ ਕਰੀਏ ਜੋ ਜੋ ਕੁਛ ਉਦੋਂ ਹੋਇਆ ਉਹ ਸਾਰਾ ਕੁਝ ਕਿਤਨਾ ਕਿਤੇ ਜ਼ਹਿਨ ਦੇ ਵਿੱਚ ਦੁਬਾਰਾ ਆਉਣ ਲੱਗ ਗਿਆ ਉਹ ਤੁਹਾਡੀਆਂ ਅੱਖਾਂ ਮੂਰੇ ਦੁਬਾਰਾ ਤੋਂ ਤਸਵੀਰਾਂ ਘੁੰਮਣ ਲੱਗ ਗਈਆਂ ਨੇ ਕਿ ਉਦੋਂ ਵੀ ਬਹੁਤ ਕੁਝ ਹੰਡਾਇਆ ਮਨੁੱਖਤਾ ਨੇ ਤੇ ਅੱਜ ਫਿਰ ਮਨੁੱਖਤਾ ਦਾ ਕਹਾਣ ਹੋ ਰਿਹਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜੇਕਰ ਅਸੀਂ ਆਪਦੇ ਪਿੰਡ ਦੇ ਵਿੱਚੋਂ ਗਵਾਂਢੀ ਪਿੰਡ ਦੇ ਵਿੱਚ ਵੀ ਜਾਣਾ ਹੋਵੇ ਜੀ ਆਪਾਂ ਇੱਥੋਂ ਘਰ-ਬਾਰ ਵੇਚ ਕੇ ਕਿਸੇ ਹੋਰ ਪਿੰਡ 'ਚ ਕਿਸੇ ਹੋਰ ਜ਼ਿਲ੍ਹੇ 'ਚ ਜਾਂ ਭਾਰਤ ਦੇ ਕਿਸੇ ਹੋਰ ਸੂਬੇ ਦੇ ਵਿੱਚ ਜਾਣਾ ਹੋਵੇ ਤਾ ਬੰਦੇ ਦਾ ਗੱਜ ਭਰ ਆਉਂਦਾ ਵੀ ਯਾਰ ਜਿੱਥੇ ਖੇਡਦੇ ਰਹੇ ਆ ਜਿੱਥੇ ਨੀਆਂ ਖੜੀਆਂ ਕੀਤੀਆਂ ਜਿੱਥੇ ਲੈਂਟਰ ਪਾਏ ਜਿੱਥੇ ਬੱਚੇ ਪੈਦਾ ਹੋਏ ਜਿੱਥੇ ਬੱਚੇ ਪੜਾਏ ਜਿੱਥੇ ਕਾਰੋਬਾਰ ਚਲਾਇਆ ਜਿੱਥੇ ਕਮਾਇਆ ਉਹਨੂੰ ਸਾਰੇ ਕੁਝ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਗਵਾਇਆ ਤੇ ਬੰਦੇ ਦਾ ਕੀ ਬਣਦਾ ਹੋਊਗਾ ਸੋ ਇਹ ਤਾਂ ਦੇਸ਼ ਬਦਲਣ ਦੀ ਗੱਲ ਆ ਬੰਦਾ ਇਥੋਂ ਉਧਰ ਜਾਂਦਾ ਜਾਂ ਉਧਰ ਦੇ ਜੰਮੇ ਜਾਏ ਜਿਹੜੇ ਆ ਉਹ ਹੁਣ ਇੱਧਰ ਆਉਣਾ ਚਾਹਦੇ ਜਾਂ ਹੋਰ ਕਿਸੇ ਵੀ ਦੇਸ਼ ਦੇ ਵਿੱਚ ਜਾਣ ਦੀ ਇੱਛਾਤ ਹੈ ਉਹਨਾਂ ਦੇ ਮਨ ਦੇ ਉੱਤੇ ਬੀਤ ਦਾ ਕੀ ਹੋਊਗਾ ਕੋਈ ਚਾਹੁੰਦਾ ਕਿ ਮੈਂ ਆਪਦਾ ਹੱਸਦਾ ਵਸਦਾ ਘਰ ਛੱਡ ਦਿਆਂ ਕੋਈ ਚਾਹੁੰਦਾ ਕਿ ਮੈਂ ਆਪਣੀ ਦੁਕਾਨ ਛੱਡ ਦਿਆਂ ਕੋਈ ਕਿਸੇ ਦੇ ਲਈ ਕੁਝ ਨਹੀਂ ਕਰਦਾਗਾ ਹਰ ਬੰਦਾ ਆਪਦੇ ਪਿੰਡੇ ਲਈ ਆਪਦੇ ਟੱਬਰ ਲਈ ਖੁਦ ਕਰਦਾ ਸੋ ਇਹਨਾਂ ਨੂੰ ਸਾਰਾ ਕੁਝ ਕਰਨ ਦੀ बावਜੂਦ ਉੱਥੇ ਕੁਝ ਨਹੀਂ ਮਿਲ ਰਿਹਾ ਤੇ ਕਈ ਲੋਕ ਇਹ ਗੱਲ ਕਹਿੰਦੇ ਆ ਵੀ ਭਾਈ ਤਾਲਿਬਾਨ ਦਾ ਰਾਜ ਹੀ ਠੀਕ ਆ ਜੋ ਉੱਥੇ ਬੰਦੂਕਾਂ ਦੇ ਪਰਛਾਵੇਂ ਹੇਠ ਹੋ ਰਿਹਾ ਨਾ ਉਹਦੇ ਵਿੱਚੋਂ ਅੱਧੋ-ਵੱਧ ਖਬਰਾਂ ਤਾਂ ਆ ਨਹੀਂ ਰਹੀਆਂ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਤਾਲੇਬਾਨੀਆਂ ਨੇ ਮੀਡੀਆ ਤੇ ਵੀ ਕਬਜ਼ਾ ਕਰ ਲਿਆ ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਭ ਅਖਬਾਰਾਂ ਦੇ ਵਿੱਚ ਪੜਨਾ ਜਾਂ ਟੀਵੀ 'ਚ ਵੇਖਣਾ ਹੋਰ ਗੱਲ ਹੁੰਦੀ ਹੈ ਪਰ ਜਦੋਂ ਬੰਦਾ ਅਸਲ 'ਚ ਆਪਣੇ ਉੱਪਰ ਉਹ ਸਭ ਕੁਝ ਹੰਡਾਉਂਦਾ ਹੈ ਜਦੋਂ ਉਸ ਸائے ਹੇਠੋਂ ਜਿਉਂਦਾ ਹੈ ਜਦੋਂ ਡਰ-ਡਰ ਕੇ ਇੱਕ-ਇੱਕ ਸੈਕਿੰਡ ਨਿਕਲਦਾ ਹੈ ਉਦੋਂ ਪਤਾ ਲੱਗਦਾ ਕਿ ਡਾਰਕ ਹੌਫ ਚੀਜ਼ ਕੀ ਹੁੰਦੀ ਹੈ ਅਖਬਾਰਾਂ ਚ ਪੜ ਕੇ ਜਾਂ ਕੱਲਾ ਇਦਾਂ ਜਾਣ ਕੇ ਗੱਲ ਹੋਰ ਬਣ ਜਾਂਦੀ ਹੈ ਹਨਾ ਸੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਮਨੁੱਖਤਾ ਦਾ ਘਾਣ ਕਿਤੇ ਵੀ ਨਾ ਹੋਵੇ ਦੁਨੀਆ ਚ ਕਿਤੇ ਵੀ ਨਾ ਹੋਵੇ ਔਰ ਜੋ ਸਭ ਕੁਝ ਇਹ ਚੱਲ ਰਿਹਾ ਹੈ ਇਹ ਛੇਤੀ ਤੋਂ ਪਹਿਲਾਂ ਖਤਮ ਹੋਵੇ ਲੋਕ ਆਪਣੀ ਮਨੁੱਖਤਾ ਦਾ ਘਾਣ ਕੱਲੀ ਅਫਗਾਨਿਸਤਾਨ ਦੇ ਵਿੱਚ ਨਹੀਂ ਜੀ ਇੱਕ ਨਿੱਕੀ ਜਿਹੀ ਉਦਾਹਰਣ ਦਿੰਨਾ ਹੋ ਸਕਦਾ ਵੀ ਕਿਤੇ ਆਂਗਵਾਂਡ ਦੇ ਵਿੱਚ ਵੀ ਹੋ ਰਿਹਾ ਹੋਵੇ ਬਿਲਕੁਲ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਹੁੰਦਾ ਹੂੰ ਬਾਕੀ ਸਭ ਥਾਵਾਂ ਤੇ ਵੀ ਹੁੰਦਾ ਪਰ ਹਰਿਆਣੇ ਦੇ ਵਿੱਚ ਫਰੀਦাবাদ ਖੇਤਰ ਹਾਂਜੀ ਫਰੀਦাবাদ ਦੇ ਵਿੱਚ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਇੱਕ ਕੁੜੀ ਆਪਦੇ ਬਾਪ ਨੂੰ ਇੱਕ ਹਸਪਤਾਲ 'ਚ ਲੈ ਕੇ ਗਈ ਡਾਇਲਿਸਿਸ ਕਰਾਉਣ ਦੇ ਲਈ ਬਾਪ ਉਹਦਾ ਬਿਮਾਰ ਆ ਉਹ ਜਦੋਂ ਡਾਇਲਿਸਿਸ ਕਰਨ ਦੇ ਲਈ ਡਾਕਟਰ ਅੰਦਰ ਲੈ ਗਏ ਤਾਂ ਇਹ ਕੁੜੀ ਬਾਥਰੂਮ ਦੇ ਲਈ ਚਲੀ ਗਈ ਤੀਜੀ ਮੰਜ਼ਲ ਦੇ ਉੱਤੇ ਜਿਹੜਾ ਉੱਥੇ ਹਾਊਸਕੀਪਿੰਗ ਦਾ ਕੰਮ ਕਰਨ ਵਾਲਾ ਉਹਨੇ ਇਸ 7ਵੀਂ ਕਲਾਸ ਦੀ ਕੁੜੀ ਦੇ ਨਾਲ ਉੱਥੇ ਹੀ ਜ਼ਬਰਜਨਾਹ ਕੀਤਾ ਤੇ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕਿ ਇਹ ਤਾਲੇਬਾਨੀ ਸੋਚ ਨਹੀਂ ਇੱਕ ਪਾਸੇ ਬਾਪ ਤੁਹਾਡਾ ਆਖਰੀ ਘੜੀਆਂ ਤੇ ਹੋਵੇ ਪਤਾ ਨਹੀਂ ਕਿਹੜੇ ਵੇਲੇ ਸਾਹਾਂ ਦੀ ਡੋਰ ਟੁੱਟ ਜੇ ਇਧਰ ਕੁੜੀ ਦੀ ਪਤ ਲੁੱਟੀ ਜਾਵੇ ਬੀਤਦਾ ਕੀ ਹੋਊਗਾ ਤੇ ਉੱਤੋਂ ਲੋਕਾਂ ਨੂੰ ਇਹ ਸੁਣਾਇਆ ਜਾਂਦਾ ਹੋਵੇ ਬੇਟੀ ਬਚਾਓ ਬੇਟੀ ਪੜਾਓ ਅਸੀਂ ਤਾਂ ਧੀਆਂ ਦੇ ਰੱਖਿਆ ਕੀ ਬਹੁਤ ਵੱਡੇ ਆ ਗੱਲ ਇਹ ਨਹੀਂ ਐ ਮੈਂ ਕਿਸੇ ਪਾਰਟੀ ਨੂੰ ਇਹਦੇ ਲਈ ਉਹ ਨਹੀਂ ਕਹਿ ਰਹੀ ਵੀ ਤੁਹਾਡੀ ਸ਼ਹਿਤ ਇਹ ਸਭ ਕੁਝ ਹੋਇਆ ਪਰ ਘੱਟੋ ਘੱਟ ਜੋ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਵਾਪਰਿਆ ਹੈ ਆਪਾਂ ਸਾਰੇ ਉਹ ਗੱਲਾਂ ਜਾਣਦੇ ਆਂ ਘੱਟੋ ਘੱਟ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਬਾਕੀਆਂ ਨੂੰ ਕੰਨ ਹੋ ਜਾਣ ਕਿ ਜੇ ਅਸੀਂ ਇਦਾਂ ਦਾ ਕੁਝ ਸੋਚਦੇ ਵੀ ਆਂ ਤਾਂ ਸਾਡੇ ਨਾਲ ਉਦਾਂ ਦੀ ਸਜ਼ਾ ਸਾਨੂੰ ਵੀ ਦਿੱਤੀ ਜਾਊਗੀ ਜਿਵੇਂ ਸਾਨੂੰ ਪਤਾ ਹੈ ਕਿ ਕੇਸ ਚੱਲਦੇ ਨੇ ਲਮਕਦੇ ਨੇ ਤਾਂ ਲੋਕ ਫਿਰ ਉਹਨਾਂ ਦੇ ਅੰਦਰੋਂ ਖੌਫ ਖਤਮ ਹੋ ਜਾਂਦਾ ਹੈ ਬਿਲਕੁਲ ਸਹੀ ਲੋਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਆ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਨਾਲ ਨੇ ਹਰਮਨ ਸਿੰਘ ਜੀ ਜੀ ਹਰਮਨ ਜੀ ਸਿਆਣੀ ਕਈ ਵਾਰੀ ਇਹ ਗੱਲ ਕਹਿੰਦੇ ਹੁੰਦੇ ਵੀ ਪੁੱਤ ਜੇ ਰਾਹ ਦੇ ਵਿੱਚ ਤੇਲ ਮਿਲਦਾ ਹੋਵੇ ਨਾ ਤੇ ਭਾਂਡਾ ਕੋਲੇ ਨਾ ਹੋਵੇ ਹੂੰ ਤਾਂ ਜੁੱਤੀ 'ਚ ਤੇਲ ਪਵਾ ਲਈਦਾ ਕਮ ਸੇ ਕਮ ਉਹਦੀ ਜਰਕੀ ਮੁੱਕ ਜੂ ਜਿਹੜੀ ਕਿਚੂ ਕਿਚੂ ਵਾਰ-ਵਾਰ ਕਰਦੀ ਆ ਹਾਂ ਉਹ ਜਿਹੜੀ ਅੱਡੀ ਲੱਗਦੀ ਆ ਉਹੀ ਖਤਮ ਹੋ ਜੂ ਮਸਲਾ ਜੀ ਕਿਉਂਕਿ ਜੁੱਤੀ ਨੂੰ ਪਹਿਲਾਂ ਤੇਲ ਕਰਦੇ ਤੇਲ ਦਿੰਦੇ ਹੁੰਦੇ ਸੀ ਤੇਲ ਦੇ ਵਿੱਚ ਭਿਉਂਦੇ ਵੀ ਹੁੰਦੇ ਸੀ ਜੁੱਤੀ ਨੂੰ ਅੱਛਾ ਜੀ ਤਾਂ ਜੋ ਇਹ ਜਿਹੜੀ ਜੁੱਤੀ ਹੈ ਨਾ ਇਹ ਪੈਰ ਨੂੰ ਵੱਡ ਖਾਵੇ ਨਾ ਆਪਾਂ ਕਹਿੰਨੇ ਵੀ ਕਿਵੇਂ ਪੈਰਾਂ ਨੂੰ ਵੱਡ ਪੈਂਦਾ ਇਹ ਜੁੱਤੀ ਤੋਂ ਬਣੀ ਗੱਲ ਆਏ ਹੈ ਵੱਡੂ ਖਾਉ ਵੱਡੂ ਖਾਉ ਪੈਰਾਂ ਨੂੰ ਕਰਦੇ ਆ ਇਹ ਉੱਥੋਂ ਗੱਲ ਬਣੀ ਆ ਅੱਛਾ ਜੀ ਸੋ ਗੱਲ ਇਹ ਆ ਜੀ ਕਿ ਹੁਣ ਜਦੋਂ ਸਰਕਾਰ ਨੇ 51000 ਰੁਪਏ ਦੀ ਸ਼ਗਨ ਸਕੀਮ ਕਰਤੀ ਪਹਿਲਾਂ 21000 ਸੀ ਹੁਣ ਸਰਕਾਰ ਨੂੰ ਪਤਾ ਵੀ ਵੋਟਾਂ ਸਿਰ ਦੇ ਉੱਤੇ ਆ ਜਿੰਨੇ ਕੁ ਲੋਕਾਂ ਨੂੰ ਦੇ ਸਕਦੇ 51 51000 ਦੇ ਕੇ ਕਹਿ ਦੇਗੇ ਆ ਵੀ ਵਾਦਾ ਪੂਰਾ ਕਰਤਾ ਹੁਣ ਤਾਂ 1500 ਰੁਪਏ ਸੀ ਵਡਾਪਾ ਪੈਨਸ਼ਨ ਦੇ ਰਹੇ ਆ ਇਹ ਵੀ ਵਾਦਾ ਪੂਰਾ ਕਰਨ ਦੀ ਗੱਲ ਕਰਦੇ ਆ ਪਰ ਸਾਢੇ 4 ਸਾਲ ਕੋਈ ਚੇਤਾ ਦੀ ਆਇਆ ਹਾਂ ਹੁਣ ਜਦੋਂ 51000 ਰੁਪਏ ਸ਼ਗਨ ਸਕੀਮ ਦਾ ਪਹਿਲੀ ਜੁਲਾਈ ਤੋਂ ਸ਼ੁਰੂਆਤ ਕੀਤੀ ਜੀ ਤਾਂ ਜਿਹੜੇ ਲੋਕ ਪਹਿਲਾਂ ਅਪਲਾਈ ਨਹੀਂ ਸੀ ਕਰਦੇ ਵੀ ਚਲੋ 21000 ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਹੁਣ ਉਹ ਵੀ ਕਰਨ ਲੱਗ ਪਏ ਹੁਣ ਉਹ ਵੀ ਕਰਨ ਲੱਗ ਪਏ ਜਿਨ੍ਹਾਂ ਦੇ ਤਿੰਨ ਤਿੰਨ ਮੰਜ਼ਲਾ ਕੋਠੀਆਂ ਹਮ ਜਦ ਕਿ ਨਿਯਮਾਂ ਦੇ ਮੁਤਾਬਕ ਗੱਲ ਇਹ ਹੈ ਵੀ ਜੇਕਰ ਤੁਹਾਡੀ ਆਮਦਨ 32700 ਰੁਪਏ ਤੋਂ ਘੱਟਾ ਸਾਲਾਨਾ ਫੇਰ ਹੀ ਤੁਸੀਂ ਇਸ ਸਕੀਮ ਦੇ ਹੱਕਦਾਰ ਆ ਪਰ ਜੁਲਾਈ ਮਹੀਨੇ ਦੇ ਵਿੱਚ ਲੰਗੇ ਮਹੀਨੇ ਦੇ ਵਿੱਚ 4000 ਤੋਂ ਵੱਧ ਪੰਜਾਬ ਦੇ ਲੋਕਾਂ ਨੇ ਇਸ ਸਕੀਮ ਲਈ ਅਪਲਾਈ ਕੀਤਾ ਅੱਛਾ ਜੀ ਉਹਦੇ ਲਈ ਸਭ ਤੋਂ ਪਹਿਲਾਂ ਪਟਵਾਰੀ ਦੇ ਵੱਲੋਂ ਪੜਤਾਲ ਕੀਤੀ ਜਾਂਦੀ ਹੈ ਵੀ ਇਹਨਾਂ ਦੇ ਕੋਲੇ ਕਿੰਨੀ ਕਿ ਜਾਇਦਾਦ ਆ ਕਿੰਨੀ ਜ਼ਮੀਨ ਆ ਹੂੰ ਪਰ ਜਿਹਦੇ ਕੋਲੇ ਹੁਣ 10 ਕਿੱਲੇ ਜ਼ਮੀਨ ਆ ਉਹ ਇਸ ਦਾਇਰੇ ਦੇ ਵਿੱਚ ਕਿਵੇਂ ਆਜੂਗਾ ਜੇ ਉਹਦਾ ਠੇਕਾ ਹੀ 60000 ਰੁਪਏ ਸਾਲ ਦਾ ਹੁੰਦਾ ਇੱਕ ਕਿੱਲੇ ਦਾ ਤੇ ਉਹ ਇਸ ਖੇਤਰ ਦੇ ਵਿੱਚ ਇਹ ਦਾਇਰੇ ਦੇ ਵਿੱਚ ਕਿਵੇਂ ਆਜੂ ਸੋ 1100 ਦੇ ਕਰੀਬ ਲੋਕਾਂ ਦੀਆਂ ਅਰਜ਼ੀਆਂ ਮੁੱਢ ਦੇ ਵਿੱਚ ਹੀ ਰੱਦ ਹੋ ਗਈਆਂ ਠੀਕ ਹੈ ਤੇ ਬਾਕੀ ਹੋਰ ਕਈਆਂ ਦੀਆਂ ਹੋਣ ਦੇ ਲਈ ਤਿਆਰ ਆ ਮਤਲਬ ਜਿਨ੍ਹਾਂ ਲਈ ਜਿਹੜੀਆਂ ਸਕੀਮਾਂ ਬਣਦੀਆਂ ਕਈ ਵਾਰ ਉਹਨਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਤੇ ਜਿਹੜੇ ਸਰਦੇ ਪੁੱਛਦੇ ਹੁੰਦੇ ਆ ਉਹ ਵਿਚਾਲੇ ਇੱਕ ਧਿਤ ਕਰਕੇ ਲਾਭ ਲੈ ਜਾਂਦੇ ਆ ਜੀ ਆਪਾਂ ਦੇਖਦੇ ਹਾਂ ਜੀ ਆਟਾ ਸਭ ਇਸ ਤੋਂ ਪਹਿਲਾਂ ਵੀ ਕਈ ਸਕੀਮਾਂ ਸੀ ਚਾਹੇ ਆਪਾਂ ਆਟਾ ਦਾਲ ਦੀ ਗੱਲ ਕਰ ਲਈਏ ਚਾਹੇ ਹੋਰ ਸਕੀਮਾਂ ਦੀ ਗੱਲ ਕਰ ਲਈਏ ਬਹੁਤੀ ਵਾਰ ਉਹਦਾ ਫਾਇਦਾ ਉਹ ਲੋਕ ਵੀ ਚੱਕ ਜਾਂਦੇ ਨੇ ਜਿਨ੍ਹਾਂ ਦੇ ਘਰ ਸਰਦੇ ਪੁੱਛਦੇ ਨੇ ਜਿਹੜੇ ਜੱਦੀ ਪੁਸ਼ਤੀ ਅਮੀਰ ਲੋਕ ਨੇ ਪਰ ਮੈਨੂੰ ਇਹ ਮਾਨਸਿਕਤਾ ਕਦੇ ਸਮਝ ਨਹੀਂ ਆਈ ਹੈ ਨਾ ਵੀ ਰੱਬ ਦਾ ਦਿੱਤਾ ਜੇਕਰ ਸਾਰਾ ਕੁਝ ਹੈਗਾ ਤੇ ਫਿਰ ਆਪਾਂ ਕਿਹੜੀ ਗੱਲੋਂ ਮਰੂ ਮਰੂ ਕਰੀ ਜਾਂਦੇ ਆ ਕਿੰਨੇ ਕੁ ਦੀ ਕਣ ਕਿੱਦਾਂ ਚੋਰੀ ਲੈ ਲਾਂਗੇ ਕਿੰਨੇ ਕੁ ਦਾ ਆਟਾ ਇਦਾਂ ਚੋਰੀ ਲੈ ਲਾਂਗੇ ਤੇ ਨੀਤ ਨਹੀਂ ਪੜਦਾ ਔਰ ਭੁੱਖੀ ਨਹੀਂ ਤਾਂ ਕਦੇ ਵੀ ਰੱਜਦੀ ਹੈ ਹੀ ਨਹੀਂ ਇਹ ਰਜਾਉਣੀ ਬਹੁਤ ਔਖੀ ਹੁੰਦੀ ਹੈ ਸੋ ਲੋਕ ਮੈਂ ਦੇਖੇ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਜਿਨ੍ਹਾਂ ਦੇ ਪਰਿਵਾਰਕ ਜੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਫਿਰ ਵੀ ਪਿੱਛੇ ਇਹੋ ਜਿਹਾ ਕੰਮ ਹੋ ਰਿਹਾ ਸੋ ਅਸੀਂ ਜਿਹੜੀ ਸਕੀਮ ਜਿਹਦੇ ਲਈ ਹੈ ਜੇ ਕੋਈ ਵਿਚਾਰਾ ਗਰੀਬ ਹੈ ਤਾਂ ਉਹਦੀ ਮਦਦ ਦੇ ਲਈ ਅੱਗੇ ਆਇਆ ਕਰੀਏ ਇਦਾਂ ਫਾਇਦਾ ਨਾ ਚੱਕਿਆ ਕਰੀਏ ਤੇ ਹੁਣ ਇੱਕ ਨਵੀਂ ਜਿਹੜੀ ਗੱਲ ਸਾਹਮਣੇ ਆਈ ਆ ਇਹ ਜਿਹੜੀ 750 ਰੁਪਇਆ ਪੈਨਸ਼ਨਾ ਬੁਢਾਪਾ ਪੈਨਸ਼ਨ ਜਾਂ ਅੰਗਹੀਣਾ ਦੀ ਪੈਨਸ਼ਨ ਜਾਂ ਵਿਧਵਾ ਪੈਨਸ਼ਨ ਉਹ ਵੀ ਪਹਿਲੀ ਜੁਲਾਈ ਤੋਂ 1500 ਰੁਪਇਆ ਕੀਤੀ ਗਈ ਹੈ ਅੱਗੇ ਇਹ ਪੈ ਜਾਂਦੀ ਸੀ ਖਾਤੇ ਦੇ ਵਿੱਚ ਹਮ ਹੁਣ ਸਰਕਾਰ ਕੇ ਨਹੀਂ ਖਾਤੇ ਚ ਨਹੀਂ ਪਾਉਣੀ ਅੱਛਾ ਜੀ ਇਹ ਅਸੀਂ ਅੰਗਹੀਣਾ ਨੂੰ ਬਜ਼ੁਰਗਾਂ ਨੂੰ ਵਿਧਵਾ ਔਰਤਾਂ ਨੂੰ ਚੈੱਕ ਦੇਣੀ ਹੈ ਅੱਛਾ ਜੀ ਜੇ ਚੈੱਕ ਦੇਵਾਂਗੇ ਨਾਲ ਫੋਟੋ ਖਿੱਚੀ ਜਾਊਗੀ ਫੋਟੋ ਖਿੱਚੀ ਜਾਊਗੀ ਖ਼ਬਰ ਚਾਊਗੀ ਵੀ ਐਸ ਵਿਧਾਇਕ ਨੇ ਐਸ ਮੰਤਰੀ ਨੇ ਇੰਨੀਆਂ ਔਰਤਾਂ ਨੂੰ ਇੰਨੇ ਬਜ਼ੁਰਗਾਂ ਨੂੰ ਚੈੱਕ ਵੰਡੇ ਮਤਲਬ ਉਹਨਾਂ ਦੀ ਖੱਜਲ-ਖੁਆਰੀ 'ਚ ਫੇਰ ਵਾਅਦਾ ਕਰਤਾ ਸਮਾਗਮਰ ਚ ਆਉਣਗੇ ਉੱਥੇ ਮੂਰੇ ਚੈੱਕ ਵੰਡਣਗੇ ਫਿਰ ਉਹ ਵਿਚਾਰੇ ਬੈਂਕਾਂ ਦੀਆਂ ਕਤਾਰਾਂ 'ਚ ਲੱਗ ਜਾਣਗੇ ਵੀ ਭਾਈ ਅਸੀਂ ਆਪਣਾ ਚੈੱਕ ਜਮ੍ਹਾਂ ਕਰਵਾਉਣਾ ਤੇ ਇਹ ਡਿਜੀਟਲ ਭਾਰਤ ਆ ਤੇ ਨਾਲੇ ਉਸ ਤੋਂ ਬਾਅਦ ਇਸ ਤੋਂ ਅਗਲਾ ਕਦਮ ਵੀ ਦੱਸ ਦਿਆਂ ਟਾਣਾ ਸਾਹਿਬ ਕੇ ਬਹੁਤ ਸਾਰੇ ਚੈੱਕਾਂ ਦੇ ਵਿੱਚ ਜਿਹੜੀ ਆ ਉਹ ਟੈਕਨੀਕਲ ਮਿਸਟੇਕ ਵੀ ਹੋਊਗੀ ਕਿਤੇ ਜ਼ੀਰੋ ਘੱਟ ਲੱਗ ਗਈ ਕਿਤੇ ਜ਼ੀਰੋ ਵੱਧ ਲੱਗ ਗਈ ਤੇ ਉਹਦੇ ਲਈ ਫਿਰ ਵੱਖਰਾ ਖੱਜ ਕਾਠੀ ਲੱਗੂਗੀ ਤੇ ਕਿਸੇ ਨਾ ਕਿਸੇ ਦੇ ਵਿੱਚ ਨਾਂ ਦੇ ਵਿੱਚ ਕੋਈ ਨਾ ਕੋਈ ਆਈ ਐਲਟੀ ਕੁਛ ਨਾ ਕੁਛ ਘਟ ਵੱਧ ਪਾ ਰਹੇਗੇ ਉਹ ਵਿਚਾਰਾ ਫੇਰ ਖੱਜਲ ਹੁੰਦਾ ਫਿਰੂਗਾ ਸੋ ਇਸ ਕਰਕੇ ਬੇਨਤੀ ਹੈ ਸਰਕਾਰਾਂ ਨੂੰ ਵੀ ਚਲੋ ਤੁਸੀਂ ਕੰਮ ਤਾਂ ਆਖਰੀ 5 6 ਮਹੀਨਿਆਂ ਚ ਕਰਨਾ ਉਹ ਤਾਂ ਸਹੀ ਕਰ ਦਿਓ ਹਰਮਨ ਜੀ ਖਿਡਾਰੀਆਂ ਕੋ ਖਿਡਾਰੀ ਕਿਸ ਨਾਲ ਨੇ ਟੰਗਦਾ ਫਿਰ ਬਿਲਕੁਲ ਟੰਗਦਾ ਇਹ ਖਿਡਾਰੀਆਂ ਕੋ ਖਿਡਾਰੀ ਜਿਹੜਾ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਇੰਟਰਵਿਊ ਕਰਕੇ ਪੁੱਛਦਾ ਆਮ ਕਿਵੇਂ ਖਾਂਦੇ ਹੋ ਆਮ ਖਾਤੇ ਹੋ ਆਪ ਆਮ ਕਿੰਨੇ ਖਾਤੇ ਹੋ ਚੁਟਕਲੇ ਵੀ ਸੁਣਦੇ ਹੋ ਆ ਇੰਨੀ ਮਹਾਨ ਇੰਟਰਵਿਊ ਕਰਦਾ ਤੇ ਮੈਨੂੰ ਰਵੀਸ਼ ਕੁਮਾਰ ਦੀ ਇੱਕ ਗੱਲ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਕੁਮਾਰ ਨਾਲ ਹੀ ਗੱਲ ਕਰਨੀ ਸੀ ਪ੍ਰਧਾਨ ਮੰਤਰੀ ਨੇ ਰਵੀਸ਼ ਨਹੀਂ ਤਾਂ ਅਕਸ਼ੇ ਸਹੀ ਗੱਲ ਤਾਂ ਸਹੀ ਹੈ ਪਰ ਕਹਿੰਦੇ ਆ ਨਾ ਵੀ ਲੋਕ ਸਭ ਕੋ ਚੇਤੇ ਰੱਖਦੇ ਹੁੰਦੇ ਨੇ ਸ਼ਾਇਦ ਦੇ ਲੋਕਾਂ ਨੇ ਯਾਦ ਹੀ ਰੱਖਿਆ ਕਿ ਹੁਣ ਜਿਹੜੀ ਨਵੀਂ ਫਿਲਮ ਆਈ ਅਕਸ਼ੇ ਕੁਮਾਰ ਦੀ ਬਲ ਬਾਟਮ ਉਹ ਫਿਲਮ ਦੀ ਕਹਿੰਦੇ ਜਿਹੜੀ ਸ਼ੁਰੂਆਤ ਮਤਲਬ ਜਿਹੜੀ ਕਲੈਕਸ਼ਨ ਹੁੰਦੀ ਹੈ ਜਿਹੜੀ ਪੈਸਿਆਂ ਦੀ ਕਮਾਈ ਹੁੰਦੀ ਹੈ ਉਹ ਪਿਛਲੇ 9-10 ਸਾਲਾਂ ਚ ਸਭ ਤੋਂ ਘੱਟ ਹੋਈ ਹੈ ਬਿਲਕੁਲ ਤੇ ਦੂਜੀ ਗੱਲ ਇਹ ਆ ਵੀ ਇਹ ਉਹ ਕਲਾਕਾਰ ਆ ਭਾਵੇਂ ਇੱਥੇ ਸੰਜਿਰਤ ਦੀ ਗੱਲ ਕਰ ਲੋ ਭਾਵੇਂ ਅਕਸ਼ੇ ਕੁਮਾਰ ਦੀ ਗੱਲ ਕਰੋ ਭਾਵੇਂ ਅਜੇ ਦੇਵਗਨ ਦੀ ਗੱਲ ਕਰੋ ਭਾਵੇਂ ਇੱਥੇ ਅਮਤਾ ਬਚਨ ਦੀ ਗੱਲ ਕਰੋ ਇਹ ਦਸਤਾਰਾਂ ਸਜਾ ਕੇ ਸਿੱਖੀ ਸਰੂਪ ਦੇ ਵਿੱਚ ਆ ਕੇ ਰੁਪਈਏ ਤਾਂ ਬਹੁਤ ਕਮਾਉਂਦੇ ਆ ਸਿੰਘ ਜਿ ਕਿੰਗ ਦੀਆਂ ਗੱਲਾਂ ਵੀ ਕਰਦੇ ਆ ਪਰ ਹੁਣ ਜਦੋਂ ਸਿੰਘ ਬਾਰਡਰਾਂ ਦੇ ਉੱਤੇ ਬੈਠੇ ਆ ਤੇ ਉਦੋਂ ਸਰਕਾਰ ਦੇ ਝੋਲੀ ਚੱਕ ਬਣ ਗਏ ਆ ਅਕਸ਼ੇ ਕੁਮਾਰ ਨੇ ਅਜੀਤ ਦੇਵਗਨ ਨੇ ਅਮਤਾਬ ਬਚਨ ਨੇ ਜਾਂ ਕਿਸੇ ਵੀ ਹੋਰ ਬਾਲੀਵੁੱਡ ਦੇ ਵੱਡੇ ਵੱਡੇ ਕਲਾਕਾਰ ਆ ਜਿਹੜੇ ਜਿਹੜੇ ਪੰਜਾਬ ਚ ਆ ਕੇ ਆਪਦੀਆਂ ਫਿਲਮਾਂ ਦਾ ਫਲਮਾਂਕੜ ਕਰਦੇ ਰਹੇ ਸ਼ੂਟਿੰਗ ਕਰਦੇ ਰਹੇ ਆ ਉਹਨਾਂ ਦੇ ਵਿੱਚੋਂ ਕੋਈ ਬੋਲਿਆ ਵੀ ਕਿਸਾਨ ਬਾਰਡਰਾਂ ਤੇ 9 ਮਹੀਨਾ ਤੋਂ ਬੈਠੇ ਆ ਅਸੀਂ ਇਹਨਾਂ ਦੇ ਜਜ਼ਬਾਤ ਨੂੰ ਸਮਝਦੇ ਆ ਸਾਡੇ ਸਰੋਂ ਦੇ ਖੇਤਾਂ ਦੇ ਵਿੱਚ ਖਲਾਰ-ਖਲਾਰ ਕੇ ਬਾਹਾਂ ਭੰਗੜਾ ਪਾਉਂਦੇ ਆ ਤੇ ਹੁਣ ਬਿਮਾਰੀ ਪੈਂਦੀ ਆ ਜੀ ਗੱਲ ਇਹ ਐ ਪੰਜਾਬ ਦੇ ਤਾਂ ਆਪਣੇ ਜੰਮੇ ਜਾਇ ਪੰਜਾਬ ਦੇ ਸਕੇ ਨਹੀਂ ਹੋਏ ਤਹਣਾ ਸਾਹਿਬ ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਜਿਹੜੇ ਦੱਸਦੇ ਸੀ ਅਸੀਂ ਕਿਸਾਨ ਹਤਾਇਸ਼ੀਆਂ ਉਹ ਕਿੰਨਾ ਕਾ ਕਿਸਾਨਾਂ ਨਾਲ ਖੜੇ ਨੇ ਕਿਸਾਨੇ ਵੀ ਚੇਤੇ ਰੱਖਣ ਹੈਨਾ ਗੱਲ ਇਹ ਐ ਵੀ ਸਾਡੇ ਤਾਂ ਆਪਣੇ ਆਪਣੇ ਨਹੀਂ ਹੋਏ ਤਾਂ ਬਗਾਨਿਆਂ ਤੋਂ ਸਿਆਸਤ ਕੀ ਰੱਖਣੀ ਐ ਪਰ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਚਾਹੇ ਸੁਪਰਸਟਾਰ ਹੋਵਾਂਗੇ ਪਰ ਇਹ ਬਣਾਏ ਵੀ ਲੋਕਾਂ ਦੇ ਹੀ ਆ ਬਠਿੰਡੇ ਦੇ ਵਿੱਚ ਜਿਹੜੇ ਸਿਨੇਮੇ ਦੇ ਵਿੱਚ ਬਿਲ ਬਾਟਮ ਲੱਗੀ ਆ ਉਦੇ ਬਾਹਰ ਵੀ ਕਿਸਾਨ ਬਹਿਗੇ ਆ ਲੁਧਿਆਣੇ ਦੇ ਵਿੱਚ ਜਿੱਥੇ ਬਿਲ ਬੋਟਮ ਲੱਗੀ ਆ ਉੱਥੇ ਵੀ ਕਿਸਾਨ ਬਹਿਗੇ ਆ ਤੇ ਉਹਨਾਂ ਨੇ ਮੈਨੇਜਰਾਂ ਨੂੰ ਮੰਗ ਪੱਤਰ ਦਿੱਤੇ ਵੀ ਫਿਲਮ ਲਾ ਦਿਓ ਹੂੰ ਨਹੀਂ ਤਾਂ ਅਸੀਂ ਵਿਰੋਧ ਪ੍ਰਦਰਸ਼ਨ ਇਸ ਤੋਂ ਤਿੱਖਾ ਵੀ ਕਰਾਂਗੇ ਤੇ ਜਿਹੜੇ ਅੰਦਰੋਂ ਫਿਲਮ ਦੇਖ ਕੇ ਆਉਂਦੇ ਆ ਨਾ ਉਹਨਾਂ ਦੇ ਖਿਲਾਫ ਨਾਰੇ ਲਾਉਂਦੇ ਕਿਸਾਨ ਆਗੇ ਪੰਜਾਬ ਦੇ ਗਦਾਰ ਹੂੰ ਕਿਸਾਨੀ ਦੇ ਘਦਾਰ ਮਰਦਾਬਾਦ ਤੇ ਪਤਾ ਨਹੀਂ ਕਿਵੇਂ ਸ਼ਰਮ ਮਾਰੇ ਉਹ ਬਾਹਰ ਨਿਕਲਦੇ ਹੋਣੇ ਆ ਪਤਾ ਨਹੀਂ ਕਿਵੇਂ ਤਾਂ ਨੂੰ ਅੱਖਾਂ ਚੱਕਦੇ ਹੋਣਗੇ ਵੀ ਇਦਾਂ ਹੀ ਤੁਹਾਡੀ ਕਿਹੜੀ ਵਿਲੇਣੇ ਚ ਬਾ ਆ ਗਈ ਵੀ ਇਹਨਾਂ ਸਰਦੇ ਪੁੱਜਦੇ ਲੋਕਾਂ ਦੀਆਂ ਫਿਲਮਾਂ ਹੀ ਦੇਖਣੀਆਂ ਜੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਤਾਂ ਨਾ ਸਭ ਦੇਖੋ ਹਰ ਪਾਸੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਚਾਹੇ ਆਪਾਂ ਬੇਰੋਜ਼ਗਾਰਾਂ ਦੀ ਗੱਲ ਕਰੀਏ ਚਾਹੇ ਕਿਸਾਨਾਂ ਦੀ ਗੱਲ ਕਰੀਏ ਚਾਹੇ ਹੋਰ ਆ ਹੁਣ ਤਾਂ ਸਰਪੰਚ ਵੀ ਕੂਚ ਕਰਕੇ ਗਏ ਨੇ ਉਧਰ ਮੋਤੀ ਮਹਿਲ ਵੱਲ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰਾਂ ਕੀ ਚਾਹੁੰਦੀਆਂ ਨੇ ਲੋਕ ਲੜ ਲੜ ਮਰ ਜਾਣ ਤੇ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਵੀ ਤੁਸੀਂ ਹੱਦ ਹੋ ਗਈ ਤੁਹਾਡੇ ਵਾਲੀ 9 ਮਹੀਨੇ ਹੋ ਚੱਲੇ ਤੁਹਾਨੂੰ ਹੈ ਹੀ ਨਹੀਂ ਕੋਈ ਅਸਰ ਤੁਸੀਂ ਇਹ ਸੋਚਦੇ ਹੋ ਵੀ ਪਤਾ ਨਹੀਂ ਵੀ ਇਹ ਜਿਵੇਂ ਕਿਸੇ ਹੋਰ ਹੀ ਮੁਲਕ ਤੋਂ ਕਿਸੇ ਹੋਰ ਹੀ ਗ੍ਰਹਿ ਤੋਂ ਆਏ ਹੋਏ ਲੋਕ ਐ ਸਾਡੇ ਹੈ ਹੀ ਨਹੀਂ ਇਹਨਾਂ ਨੇ ਵੋਟਾਂ ਹੀ ਨਹੀਂ ਪਾਈਆਂ ਵੀ ਹੱਦ ਹੋ ਗਈ ਜ਼ਿੱਦ ਕਿਸੇ ਹੱਦ ਤੱਕ ਠੀਕ ਲਾ ਜਿਹੜੇ ਵਕ ਵਕ ਰੈਲੀਆਂ 'ਚ ਜਾਂਦੇ ਆ ਵਕ ਵਕ ਰਾਜਨੀਤਿਕ ਪਾਟਗੰਦੀਆਂ ਰੈਲੀਆਂ 'ਚ ਤੇ ਉਹਨਾਂ ਦੀਆਂ ਘਟੀਆਂ ਦੇ ਉੱਤੇ ਲਿਖਿਆ ਹੋਇਆ ਮੋٹے ਅੱਖਰਾਂ ਦੇ ਵਿੱਚ ਕਿ ਨੋ ਫਾਰਮਰ ਨੋ ਫੂਡ ਉਹਨਾਂ ਨੂੰ ਇਹ ਗੱਲਾਂ ਲਾ ਕੇ ਨਾ ਇਹ ਨਹੀਂ ਲਿਖਣੀਆਂ ਚਾਹੀਦੀਆਂ ਉਹਨਾਂ ਨੂੰ ਲਿਖਣਾ ਚਾਹੀਦਾ 노 ਜ਼ਮੀਰ 노 ਸਰੀਰ ਜੀ ਆ ਗੱਲਾਂ ਲਿਖਣੋ 노 ਰੈਲੀ 노 ਕਚੌਰੀ ਹਾਂ ਕਿਉਂਕਿ ਉੱਥੇ ਜਾ ਕੇ ਵੀ ਤਾਂ ਇਹਨਾਂ ਮਗਰ ਹੀ ਲੜਨਾ ਹੁੰਦਾ ਤੁਸ ਬਲਬੂਤਰੇ ਫਿਰਦੇ ਤੁਸੀਂ ਬੰਦੇ ਥੋੜੀ ਆ ਜੀ ਤੁਸੀਂ ਮਨੁੱਖਤਾ ਦੇ ਨਾਂ ਦੇ ਉੱਤੇ ਵੀ ਕਲੰਕੀ ਆ ਵੀ ਤੁਸੀਂ ਕਿਸੇ ਭਾਈਚਾਰੇ ਦੇ ਹੱਕਚ ਹੀ ਨਹੀਂ ਸੈਦ ਆਪਾਂ ਜਦੋਂ ਸਹੀ ਮੰਨੀਏ ਤਾਂ ਹੱਕ ਦੇ ਵਿੱਚ ਖੜਦੇ ਆ ਆਪਾਂ ਤਾਂ ਹੈਗੇ ਦੋਗਲੇ ਆ ਆਪਾਂ ਇੱਧਰ ਵੀ ਆਪਾਂ ਇੱਧਰ ਵੀ ਆ ਦੇਖੋ ਅਸੀਂ ਇਹ ਥੋੜੀ ਕਹਿੰਦੇ ਵੀ ਤੁਸੀਂ ਇੱਧਰ ਹੀ ਹੋਵੋ ਸ਼ਰਿਆਮ ਤਾਂ ਹੋਵੋ ਦੋਗਲੇ ਨਾ ਹੋਵੋ ਸ਼ਰਿਆਮ ਤਾਂ ਹੋਵੋ ਭਾਵੇਂ ਇਹ ਪੱਲਾ ਫੜ ਲੋ ਭਾਵੇਂ ਇਹ ਫੜ ਲੋ ਹੱਕ ਨਾਲ ਕੋ ਸ਼ਰਿਆਮ ਕੋਈ ਮੈਂ ਭਾਈ ਇੱਧਰ ਆ ਇਹ ਨਹੀਂ ਵੀ ਪਿੱਛੇ ਕੁਛ ਲਿਖਿਆ ਕਰੀ ਅਸੀਂ ਕੁਛ ਜਾਣਦੇ ਆ ਇਹ ਤਾਂ ਫਿਰ ਦੋਗਲਾ ਪੰਤੀ ਹੋ ਗਿਆ ਬਿਲਕੁਲ ਸਹੀ ਹਰਮਨਜੀਤ ਪੰਜਾਬ ਦੇ ਵਿੱਚੋਂ ਨਸ਼ੇ ਮੁਕ ਗਏ ਨਸ਼ੇ ਘਟਾਤੇ ਮਗਰ ਮਸ਼ੀਕਾਂ ਦੇ ਪਿੱਛੇ ਦੇਤੇ ਹੁਣ ਪੰਜਾਬ ਦੇ ਵਿੱਚ ਨਸ਼ਾ ਤਸਕਰ ਬੜੇ ਔਖੇ ਆ ਇਹ ਛੜ ਛੜ ਕੇ ਪੰਜਾਬ ਭੱਜ ਗਏ ਇਹ ਸਾਰੀਆਂ ਗੱਲਾਂ ਵੱਡੇ ਵੱਡੇ ਬੋਰਡਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਤਸਵੀਰਾਂ ਦੇ ਨਾਲ ਹੀ ਲਿਖੀਆਂ ਚੰਗਾ ਲੱਗਦੀਆਂ ਪਰ ਇਹਨਾਂ ਦੇ ਵਿੱਚ ਹਕੀਕਤ ਕੋਈ ਨਹੀਂ ਇਹ ਉਹਨਾਂ ਨੂੰ ਚੰਗਾ ਤਾਂ ਲੱਗਦੀਆਂ ਕਿਉਂਕਿ ਉਹਨਾਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਪਰ ਹਕੀਕਤਾਂ ਇਹ ਆ ਵੀ ਕਿਤੇ ਵੀ ਤੁਸੀਂ ਚਲੇ ਜਾਓ ਜਿਹੜੇ ਨਸ਼ਾ ਕਰਦੇ ਆ ਉਹ ਕਹਿੰਦੇ ਵੀ ਕੋਈ ਰੋਕ-ਥਾਮ ਨਹੀਂ ਕਿਸੇ ਕਿਸਮ ਦੀ ਕੋ ਕਿਲਤ ਨਹੀਂ ਤੁਸੀਂ ਦੱਸੋ ਵੀ ਕਿੰਨਾ ਮਗਾ ਕੇ ਦੇਗੇ ਜੀ ਅਸੀਂ ਆਉਂਦੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਦੀ ਇੰਟਰਵਿਊ ਵੀ ਪੇਸ਼ ਕਰਾਂਗੇ ਜਿਨੇ ਬਹੁਤ ਲੰਮਾ ਸਮਾਂ ਨਸ਼ਾ ਕੀਤਾ ਹਰ ਤਰ੍ਹਾਂ ਦਾ ਨਸ਼ਾ ਕੀਤਾ ਉਹਨੇ ਹੁਣ ਨਸ਼ਾ ਛੱਡ ਕੇ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਬੂਟੇ ਲਾਉਂਦਾ ਬੂਟੇ ਪਾਲਦਾ ਲੋਕਾਂ ਨੂੰ ਸੁਨੇਹੇ ਦਿੰਦਾ ਕਾਉਂਸਲਿੰਗ ਕਰਦਾ ਉਹ ਕਹਿੰਦਾ ਜੀ ਕਿ ਤੁਸੀਂ ਇਹ ਦੱਸੋ ਵੀ ਕਿੰਨਾ ਨਸ਼ਾ ਚਾਹੀਦਾ ਜੀ ਜੀਲ ਦੇ ਵਿੱਚ ਵੀ ਮਿਲਦਾ ਸੀ ਨਸ਼ਾ ਛਡਾਊ ਕੇਂਦਰ ਚ ਵੀ ਮਿਲਦਾ ਸੀ ਸਭ ਕੁਝ ਮਿਲਦਾ ਰਿਹਾ ਸੋ ਹੁਣ ਖਬਰ ਆਈ ਹੈ ਬਠਿੰਡੇ ਦੇ ਰੀਲ ਦੀ ਪਟੜੀ ਦੇ ਕੋਲੋਂ ਇੱਥੇ ਇੱਕ ਨੌਜਵਾਨ ਦੀ ਲਾਸ਼ ਪਈ ਸੀ ਜੀ ਉਹਦੇ ਕੋਲ ਇੱਕ ਸਰੇਂਜ ਪਈ ਆ ਦਵਾਈਆਂ ਦਾ ਇੱਕ ਪੱਤਾ ਪਿਆ ਇੱਕ ਹੋਰ ਗੋਲੀ ਪਈ ਆ ਮਤਲਬ ਓਵਰਡੋਸ ਦੇ ਕਰਕੇ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦੀ ਹੋਰ ਜਾਨ ਚਲੀ ਗਈ ਆ 10 ਦਿਨਾਂ ਦੇ ਵਿੱਚ ਬਠਿੰਡੇ ਬਠਿੰਡੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਦੀ ਖਬਰ ਆਈ ਹੈ ਜੀ ਤੇ ਕੱਲੇ ਅੰਕੜੇ ਬਠਿੰਡੇ ਦੇ ਨੇ ਪੂਰੇ ਪੰਜਾਬ ਦੇ ਕੀ ਹਾਲਾਤ ਹੋਣਗੇ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਤੇ ਇਹ ਵੀ ਉਹ ਅੰਕੜੇ ਨੇ ਜਿਹੜੇ ਸਾਹਮਣੇ ਆ ਗਏ ਹੂੰ ਇਹ ਲੁਕੀਆਂ ਛਪੀਆਂ ਗੱਲਾਂ ਕਿੰਨੀਆਂ ਹੁੰਦੀਆਂ ਨੇ ਆਪਾਂ ਸਾਰੇ ਜਾਣਦੇ ਹਾਂ ਸੋ ਇੱਕ ਵਾਰ ਫਿਰ ਤੋਂ ਇਹ ਜਿਹੜੀਆਂ ਖਬਰਾਂ ਨੇ ਵੈਸੇ ਤਾਂ ਮਤਲਬ ਚਲੋ ਇਹ ਹੋ ਸਕਦਾ ਵੀ ਖਬਰਾਂ ਦੇ ਵਿੱਚ ਥੋੜਾ ਜਿਹਾ ਵੀ ਧਿਆਨ ਇੱਧਰ ਉੱਧਰ ਹੋ ਗਿਆ ਹੋਵੇ ਪਰ ਇੱਕ ਵਾਰ ਫਿਰ ਤੋਂ ਖਬਰਾਂ ਵੱਧ ਗਈਆਂ ਨੇ ਪੰਜਾਬ 'ਚ ਨਸ਼ਾ ਮੁਕਿਆ ਨਹੀਂ ਹੈ ਚਾਹੇ ਕੋਈ ਵੀ ਜੋ ਮਰਜ਼ੀ ਦਾਵਾ ਕਰਦਾ ਰਹੇ ਚਾਹੇ ਸਰਕਾਰਾਂ ਜੋ ਮਰਜ਼ੀ ਕਹੇ ਆਹ ਰਹਿਣ ਪਰ ਨਸ਼ਾ ਕਿੰਨਾ ਸਿਖਰ ਦੇ ਉੱਪਰ ਹੈ ਔਰ ਕਿਵੇਂ-ਕਿਵੇਂ ਲੋਕਾਂ ਦੀ ਜਾਨ ਲੈ ਰਿਹਾ ਹੈ ਇਹ ਆਪਾਂ ਸਾਰੇ ਜਾਣਦੇ ਆ ਇੱਕ ਗੱਲ ਹੋਰ ਆ ਵੀ ਕਦੇ ਵੀ ਰਾਜਨੀਤਿਕ ਲੋਕਾਂ ਦੇ ਥਾਪੜੇ ਤੋਂ ਬਿਨਾਂ ਨਸ਼ਾ ਵਕ ਨਹੀਂ ਸਕਦਾ ਕਿਉਂਕਿ ਹਰ ਥਾਣੇ ਦੇ ਵਿੱਚ ਐਮਐਲਏ ਦੀ ਇੱਛਾ ਦੇ ਮੁਤਾਬਕ ਐਸਐਚਓ ਲੱਗਦਾ ਐਸਐਚਓ ਜੇਕਰ ਸਖਤ ਹੋਵੇ ਨਸ਼ਾ ਮਕਾਉਣਾ ਚਾਹੁੰਦਾ ਹੋਵੇ ਤਾਂ ਇਲਾਕੇ ਦੇ ਵਿੱਚ ਕੋਈ ਚੜੀ ਨਹੀਂ ਖੰਭ ਮਾਰਦੀ ਪਰ ਇੱਥੇ ਸਾਰਾ ਕੁਝ ਮਿਲੀ ਭੁਗਤ ਨਾਲ ਹੁੰਦਾ ਮੈਂ ਸਾਰੇ ਨਹੀਂ ਇੱਕੋ ਰਸੇ ਬਣਦਾ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਦੇ ਉੱਤੇ ਵੀ ਦੋਸ਼ ਲੱਗਦੇ ਆ ਕਈ ਨੇਤਾ ਜਿਹੜੇ ਅੱਜ ਕਿਸੇ ਦੀ ਬਸ ਚੜ੍ਹਗੇ ਕੱਲ ਨੂੰ ਕਿਸੇ ਪਾਸੇ ਤੁਰ ਪੈਣਦੇ ਆ ਉਹਨਾਂ ਦੇ ਵਿੱਚੋਂ ਵੀ ਕਈ ਇਹ ਕੰਮ ਕਰਦੇ ਆ ਪਿਛਲੀ ਸਰਕਾਰ ਦੇ ਮੋਕੇ ਵੀ ਕਰਦੇ ਸੀ ਹੁਣ ਵੀ ਕਰਦੇ ਆ ਦੁੱਖ ਹੁੰਦਾ ਇਸ ਗੱਲ ਤੇ ਜੇ ਆਮ ਲੋਕਾਂ ਨੂੰ ਪਤਾ ਵੀ ਸਾਡੇ ਗੁਆਂਢ 'ਚ ਨਸ਼ਾ ਵਿਕਦਾ ਹੈ ਜੇ ਆਮ ਲੋਕਾਂ ਨੂੰ ਪਤਾ ਨਾਲ ਦੇ ਪਿੰਡ 'ਚ ਨਸ਼ਾ ਵਿਕਦਾ ਹੈ ਜੇ ਆਮ ਲੋਕਾਂ ਨੂੰ ਪਤਾ ਵੀ ਨਸ਼ਾ ਕਿੱਥੋਂ ਕਿੱਥੋਂ ਮਿਲਦਾ ਹੈ ਤਾਂ ਪੁਲਿਸਿਆਂ ਨੂੰ ਨਹੀਂ ਪਤਾ ਘਰ ਦੀ ਕੱਢੀ ਦੀ ਇੱਕ ਬੋਤਲ ਜੇ ਇੱਕ ਤੋਂ ਦੂਜੀ ਥਾਂ ਤੱਕ ਬੰਦਾ ਲੈ ਜਾਣਾ ਚਾਵੇ ਨਾ ਤੇ ਉਹਨੂੰ ਰਾਹ ਦੇ ਵਿੱਚ ਪੁਲਿਸ ਵਾਲੇ ਫੜ ਲੈਂਦੇ ਆ ਫੜਨਾ ਵੀ ਚਾਹੀਦਾ ਚਲੋ ਜੀ ਪਰ ਜੇਕਰ ਕੋਈ ਬੰਦਾ ਇੱਥੇ ਪਾਇਆ ਨ ਕੋ ਚਟਾ ਲਈ ਫਿਰਦਾ ਕਿਲੂਆਂ ਦੇ ਹਿਸਾਬ ਦੇ ਨਾਲ ਨਸ਼ਾ ਲਈ ਫਿਰਦਾ ਉਹ ਕਿਉਂ ਨਹੀਂ ਫੜਿਆ ਜਾਂਦਾ ਜੀ ਇਹ ਥੋੜੀ ਜੀ ਕਮੀ ਸਾਡੇ ਤੰਤਰ ਦੇ ਵਿੱਚ ਵੀ ਆ ਥੋੜੀ ਜੀ ਕੀ ਬਹੁਤ ਜ਼ਿਆਦਾ ਕਮੀ ਹੈ ਇਹ ਸਾਰਾ ਕੁਝ ਸ਼ਹਿ ਦੇ ਉੱਪਰ ਹੁੰਦਾ ਆ ਆਪਾਂ ਸਾਰੇ ਜਾਣਦੇ ਆ ਪਰ ਸਾਡੀ ਜ਼ਿੰਦਗੀ ਸਾਡੇ ਹੱਥ ਦੇ ਵਿੱਚ ਹੈ ਅਸੀਂ ਇਸ ਗਲਤ ਰਾਹ ਦੇ ਉੱਪਰ ਨਾ ਤੁਰੀਏ ਅਸੀਂ ਕੁਝ ਕੁ ਪੈਸਿਆਂ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਤੇ ਕਿਸੇ ਹੋਰ ਦੀ ਜ਼ਿੰਦਗੀ ਜੋਖਮ ਦੇ ਵਿੱਚ ਨਾ ਪਾਈਏ ਇਨਸਾਨ ਬਣੀਏ ਇਨਸਾਨ ਨਾਲ ਹੀ ਗੱਲ ਕਰੀਏ ਸੋ ਬਾਕੀ ਖੈਰ ਬੱਚੋ 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 ਜਿੰਨਾ ਬੱਤ ਸਕਦੇ ਹੋ ਤੇ ਆਪਾਂ ਹੁਣ ਚੱਲੀਏ ਜੀ ਜਾਣਦਾ ਹੋ ਗਿਆ ਵੇਲਾ ਜੀ ਆਪਣੀ ਪ੍ਰਤੀ ਕਰਿਆ ਜ਼ਰੂਰ ਸੜਤੇ ਹੀ ਪਚਾਇਓ ਦੋ ਮੰਦੇ ਇਜਾਜ਼ਤ ਸਾਥਰੀਆ ਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਆ ਵੀ ਹਾਜ਼ਰ ਹੈ ਜੰਚਦਾ ਵੀਚਾਰ